ਸਾਲ ਪਹਿਲੇ ਲੰਗਰ ਜਿਹੜੇ ਜਾਰੀ ਹੋਏ ਸਨ, ਬਾਬਾ ਗੁਲਾਮ ਫਰੀਦ ਦਾ ਨਾਮ ਲੈ ਲਓ ਤੁਸੀਂ, ਤੁਸੀਂ ਜਿੰਨੇ ਵੀ ਬਜ਼ੁਰਗ ਹਸਤੀਆਂ ਨੇ, ਵਾਰਿਸ ਸ਼ਾਹ ਨੇ, ਬੁੱਲੇ ਸ਼ਾਹ ਨੇ, ਇਹਨਾਂ ਸਭ ਦੀਆਂ ਦਰਗਾਹਾਂ ਦੇ ਉੱਤੇ ਜਿਹੜਾ ਸੀ ਉਹ ਲੰਗਰ ਕੀਤਾ ਜਾਂਦਾ ਸੀ। ਲੰਗਰ ਦਾ ਮਤਲਬ ਸੀ ਕਿ ਜਿਹੜਾ ਬੰਦਾ ਭੁੱਖਾ ਆਵੇ ਉਹਨੂੰ ਰੋਟੀ ਮਿਲਣੀ ਚਾਹੀਦੀ ਹੈ। ਸੂਫੀਜ਼ਮ ਦੇ ਹਵਾਲੇ ਨਾਲ ਅਗਰ ਦੇਖਿਆ ਜਾਵੇ ਤਾਂ ਉਹਦੇ ਵਿੱਚ ਕੋਈ ਕੈਦ ਨਹੀਂ ਸੀ ਹੁੰਦੀ ਕਿ ਬੰਦੇ ਦਾ ਮਜ਼ਹਬ ਕੀ ਹੈ, ਬੰਦੇ ਦਾ ਧਰਮ ਕੀ ਹੈ। ਲੰਗਰ ਖਾਣਾ ਸੇਮ ਅਗਰ ਦੇਖਿਆ ਜਾਏ ਅੱਜ, ਅਗਰ ਉਹੀ ਲੰਗਰ ਜਿਹੜਾ ਹੈ ਜਿਹੜਾ ਚੱਲ ਰਿਹਾ, ਆਰਡਰਸ ਆਫ ਬਾਬਾ ਗੁਰੂ ਨਾਨਕ ਸਾਹਿਬ ਕਿ ਉਹਨਾਂ ਨੇ ਕੀ ਆਰਡਰ ਕੀਤੇ ਸਨ ਕਿ ਵੰਡ ਚੱਖੋ। ਵੰਡ ਚੱਖੋ ਦਾ ਮਤਲਬ ਇਹ ਵੇ ਕਿ ਜੋ ਚੀਜ਼ ਤੁਹਾਡੇ ਕੋਲ ਹੈਗੀ ਹੈ ਉਹਨੂੰ ਤੁਸੀਂ ਵੰਡ ਕੇ ਖਾਓ। ਇਹ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ ਬਾਬਾ ਜੀ ਦੇ ਤਿੰਨ ਸਨ, ਨਾਮ ਜਪੋ ਯਾਨੀ ਕਿ ਰੱਬ ਨੂੰ ਯਾਦ ਕਰੋ, ਦੂਸਰਾ ਆਪਣੀ ਆਪਣੀ ਤੁਸੀਂ ਜੋ ਤੁਹਾਡੇ ਕੋਲ ਆਪਣੇ ਹੱਥ ਦਾ ਕਰਕੇ ਖਾਓ, ਔਰ ਤੀਸਰਾ ਵੰਡ ਚੱਖੋ। ਔਰ ਵੰਡ ਚੱਖਣ ਦੀ ਜਿਹੜੀ ਹੈ ਉਹ ਜ਼ਿੰਦਾ ਮਿਸਾਲ ਤੁਹਾਡੇ ਸਾਹਮਣੇ ਮੈਂ, ਇਹ ਤਿੰਨ ਆਰਡਰਸ ਨੇ ਅਗਰ ਇਹ ਦੇਖਿਆ ਜਾਵੇ ਤਾਂ ਇਹ ਹਰ ਮਜ਼ਹਬ ਦੇ ਆਰਡਰ ਨੇ। ਇਸਲਾਮ 'ਚ ਦੇਖੋ, ਤੁਸੀਂ ਸਿੱਖੀ ਦੇ ਵਿੱਚ ਦੇਖੋ, ਤੁਸੀਂ ਕਿਸੇ ਮਜ਼ਹਬ 'ਚ ਵੀ ਦੇਖਦੇ ਹੋ, ਅਤੇ ਵੰਡ ਚੱਖਣ ਬਾਰੇ, ਅੱਲਾਹ ਨੂੰ ਯਾਦ ਕਰਨ ਬਾਰੇ ਔਰ ਆਪਣੇ ਹੱਥ ਨਾਲ ਕਰਨ ਕਰਕੇ ਖਾਣ ਦੇ ਬਾਰੇ 'ਚ ਜਿਹੜੇ ਆਰਡਰ ਨੇ ਉਹ ਸਟ੍ਰਿਕਟਲੀ ਆਰਡਰ ਨੇ ਸਾਰਿਆਂ ਵਾਸਤੇ। ਬਾਬਾ ਜੀ ਸੇਬ ਤੋਂ ਸ਼ੁਰੂ ਕਰਾਂਗੇ ਕਿ ਹਾਲੇ? ਹਾਂਜੀ, ਜੀ ਸੇਬ ਹੈ। ਇੱਥੋਂ ਦਾਲ, ਕਾਲੇ ਚਨੇ, ਜ਼ਰਦਾ, ਔਰ ਉਸ ਤੋਂ ਬਾਅਦ ਹਲਵਾ ਜਿਹਨੂੰ ਕਿ ਕੜਾ ਪ੍ਰਸ਼ਾਦ ਵੀ ਕਿਹਾ ਜਾਂਦਾ ਜੀ, ਔਰ ਉਸ ਤੋਂ ਬਾਅਦ ਇਹ ਹੈ ਅੱਗੇ ਬੂੰਦੀ ਵਾਲਾ ਦਹੀਂ, ਬੂੰਦੀ ਵਾਲਾ ਦਹੀਂ ਜਾਂ ਰਾਇਤਾ। ਪਾਕਿਸਤਾਨ 'ਚ ਤੁਸੀਂ ਇਹਨੂੰ ਕੀ ਕਹਿੰਦੇ ਹੋ? ਅਸੀਂ ਇਹਨੂੰ ਦਹੀਂ ਫੁਲਕੀਆਂ ਕਹਿੰਦੇ ਹਾਂ ਜੀ। ਦਹੀਂ ਫੁਲਕੀਆਂ, ਵੈਰੀ ਗੁੱਡ ਜੀ। ਇਹਦੇ ਅੰਦਰ ਹੈ ਪੂੜੀਆਂ। ਠੀਕ ਹੈ, ਪੂੜੀਆਂ ਜੀ। ਹਾਂਜੀ, ਇਹ ਬਣੀ ਹੋਈ ਹੈ ਬੇਸਨ ਦੀ ਮਿਠਾਈ, ਔਰ ਇਹ ਦੇਖੋ ਤੁਸੀਂ ਤੇ ਇਹਨੂੰ ਕਹਿੰਦੇ ਨੇ ਨਮਕ ਪਾਰੇ। ਠੀਕ, ਉਸ ਤੋਂ ਬਾਅਦ ਅੱਗੇ ਚਾਏ ਜੀ, ਔਰ ਅੱਗੇ ਸਿੰਪਲ ਵਾਟਰ। ਬਿਲਕੁਲ, ਅੰਦਰ ਕਿਚਨ ਹੈ ਜੀ ਬਹੁਤ ਵੱਡੀ। ਵੇਟ, ਅੱਜ ਲੱਸੀ ਵੀ ਹੈ ਜੀ। ਠੀਕ ਨਵੀਂ ਹੋਈ ਬਟ ਲੱਸੀ ਇਹ ਹੈ ਜੀ। ਓਕੇ ਜੀ, ਸੋ ਇਹ ਸੀ ਗੁਰੂ ਨਾਨਕ ਕਿਚਨ। ਬਾਬਾ ਜੀ ਜਿਹੜਾ ਕਿ ਲੱਸੀ ਨਾਲ ਪਹਿਲਾਂ ਲੱਸੀ ਪੀਓ ਤੇ ਨਾਲ ਨਾਲ ਆਪਾਂ ਗੱਲਾਂ ਕਰਦੇ। ਨਮਕੀਨ ਔਰ ਮਿੱਠੀ ਜਿਹੜੀ ਹੈ ਮਿਕਸ ਲੱਸੀ, ਮੈਨੂੰ ਪਿਸ਼ਾਵਰ ਵਾਲਾ ਗੁਰਦੁਆਰਾ ਬਾਈ ਜੋਗਾ ਸਿੰਘ ਯਾਦ ਆ ਗਿਆ। ਉੱਥੇ ਵੀ ਅਗਰ ਤੁਸੀਂ ਦੇਖੋ ਤੇ ਉੱਥੇ ਵੀ ਮੇਰੇ ਦੋਸਤ ਨੂੰ ਮਿਲੋ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ ਹੈ ਭਾਜੀ? ਮੇਰੇ ਦੋਸਤ ਪਾਕਿਸਤਾਨ ਤੋਂ ਆਏ ਨੇ। ਨਾਈਸ ਟੂ ਮੀਟ ਯੂ। ਥੈਂਕ ਯੂ, ਸੇਮ ਵੈਲਕਮ। ਭਾਜੀ ਜੀ ਗੁਰਦੁਆਰਾ ਸਾਹਿਬ ਬਹੁਤ ਵਧੀਆ ਜੀ। ਮੈਂ ਕਹਾਂਗਾ ਕਿ ਪਹਿਲੇ ਤਾਂ ਗੁਰਦੁਆਰੇ ਬਾਰੇ ਲੋਕਾਂ ਦਾ ਕੌਨਸੈਪਟ, ਜਿੱਥੇ ਮੈਂ ਰਹਿੰਦਾ ਵਾਂ ਉੱਥੇ ਬਹੁਤ ਘੱਟ ਲੋਕ ਜਾਣਦੇ ਨੇ ਗੁਰਦੁਆਰੇ ਦਾ ਕੌਨਸੈਪਟ ਕੀ ਹੈ। ਖਾਲੀ ਇਬਾਦਤ ਹੀ ਨਹੀਂ ਹੈ, ਇਹ ਕਮਿਊਨਿਟੀ ਸੈਂਟਰ ਹੈ। ਇੱਥੇ ਕਮਿਊਨਿਟੀਜ਼ ਇਕੱਠੀਆਂ ਹੁੰਦੀਆਂ ਨੇ, ਆਪਣੀਆਂ ਖੁਸ਼ੀਆਂ, ਆਪਣੀਆਂ ਪ੍ਰੋਬਲਮਸ, ਆਪਣੇ ਦੁੱਖ ਸੁੱਖ ਜਿਹੜੇ ਨੇ ਉਹ ਇੱਕ ਦੂਜੇ ਨੂੰ ਸ਼ੇਅਰ ਕਰਦੇ ਨੇ। ਖਾਸ ਕਰਕੇ ਇਸ ਚੀਜ਼ ਦੀ ਜਿਹੜੀ ਹੈ ਪੰਜਾਬੀਆਂ ਨੂੰ ਹੁਣ ਬਹੁਤ ਜ਼ਿਆਦਾ ਲੋੜ ਹੈ ਕਿ ਆਪਣੇ ਕਮਿਊਨਿਟੀ ਨੂੰ ਇਕੱਠਾ ਕਰਨਾ, ਇੱਕ ਸਾਂਝ ਕਰਨੀ ਪੰਜਾਬੀਆਂ ਦੀ, ਕਿਉਂਕਿ ਹਰ ਪਾਸੇ ਦੇਖਿਆ ਜਾਏ ਤਾਂ ਪੰਜਾਬੀਆਂ 'ਤੇ ਚਾਰੋਂ ਪਾਸੋਂ ਵਾਰ ਹੋ ਰਹੇ ਨੇ, ਪੰਜਾਬੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਪੰਜਾਬੀ ਲੈਂਗੁਏਜ 'ਤੇ ਅਟੈਕ ਹੋ ਰਹੇ ਨੇ, ਪੰਜਾਬੀ ਕਲਚਰ 'ਤੇ ਹੋ ਰਹੇ ਨੇ। ਹਰ ਬੰਦੇ ਦਾ ਕਲਚਰ ਆਪਣਾ ਆਪਣਾ ਉੱਥੇ ਹੀ ਉਸੇ ਜਗ੍ਹਾ ਹੈ, ਲੇਕਿਨ ਪੰਜਾਬੀਆਂ ਨੂੰ ਮੁੜਿਆ ਜਾਂਦਾ ਜੀ ਤੁਸੀਂ ਪੰਜਾਬੀ ਕੀ ਜੀ, ਗੀਤ ਨਾ ਗਾਓ, ਤੁਸੀਂ ਭੰਗੜਾ ਨਾ ਪਾਓ, ਤੁਸੀਂ ਤੁਸੀਂ ਆਪਸ 'ਚ ਰਲ ਕੇ ਨਾ ਬਵੋ, ਤੁਸੀਂ ਇਹ ਨਾ ਕਰੋ, ਤੁਸੀਂ ਉਹ ਨਾ ਕਰੋ। ਬਾਕੀ ਕਿਸੇ ਕਲਚਰ ਐਂਡ ਸਿਵਿਲਾਈਜੇਸ਼ਨ ਦੂਸਰਾ ਕਹਿੰਦਾ ਦਿਸ ਇਜ਼ ਅਵਰ ਟ੍ਰੈਡੀਸ਼ਨ, ਦਿਸ ਇਜ਼ ਅਵਰ ਕਲਚਰ, ਦਿਸ ਇਜ਼ ਅਵਰ ਹੈਰੀਟੇਜ। ਕੀ ਗੱਲ ਹੈ ਕਿ ਸਾਡਾ ਕੋਈ ਕਲਚਰ ਹੈਰੀਟੇਜ ਨਹੀਂ ਹੈ, ਸਾਡਾ ਕੋਈ ਆਪਸ ਦੇ ਵਿੱਚ ਜਿਹੜਾ ਤਲਕ ਨਹੀਂ ਹੈ, ਅਸੀਂ ਸਦੀਆਂ ਤੋਂ ਬੈਠੇ ਹੋਏ ਹਾਂ। ਪੰਜਾਬੀ ਆਪਸ 'ਚ ਸਾਨੂੰ ਰਲ ਕੇ ਨਹੀਂ ਬਹਿਣ ਦਿੱਤਾ ਜਾਂਦਾ, ਸਾਨੂੰ ਆਪਸ 'ਚ ਗੱਲ ਨਹੀਂ ਕਰਨ ਦਿੱਤੀ ਜਾਂਦੀ ਹੈ, ਸਿਰਫ ਔਰ ਸਿਰਫ ਇਹ ਕਰਕੇ ਕਿ ਅੱਜ ਮਜ਼ਹਬ ਅਲੱਗ ਹੋ ਗਏ ਨੇ। ਇਸ ਕਰਕੇ ਜਾਂ ਦੇਖੋ, ਮਾਂ ਬੋਲੀ ਜਿਹੜੀ ਹੈ, ਮਾਂ ਬੋਲੀ ਹੈ ਇਨਸਾਨ ਨੂੰ ਜੋੜ ਕੇ ਰੱਖਦੀ ਹੈ। ਅੱਜ ਵਕਤ ਦੀ ਅਹਿਮ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲੇ ਜਿਹੜੀ ਹੈ ਪੰਜਾਬੀ ਸਿਖਾਈਏ। ਇੱਥੇ ਆ ਕੇ ਮੈਨੂੰ ਬੜਾ ਸ਼ੌਕਿੰਗ ਹੋਇਆ ਕਿ ਲੋਕ ਪੰਜਾਬੀ ਤੋਂ ਬਹੁਤਾ ਜਿਹੜਾ ਘਰ ਦੀਆਂ ਫੈਮਲੀਆਂ ਵੀ ਜਿਹੜੀਆਂ ਨੇ ਜਿਨ੍ਹਾਂ ਦੀ ਉਮਰ 100-100 ਸਾਲ ਦੇ ਲਾਗੇ ਪਹੁੰਚੀ ਹੋਈ, ਉਹ ਵੀ ਇੰਗਲਿਸ਼ ਬੋਲਦੇ ਆ। ਇਹ ਬੜਾ ਅਜੀਬ ਜਿਹਾ ਮੈਨੂੰ। ਠੀਕ ਹੈ, ਸਰਵਾਈਵ ਕਰਨ ਲਈ ਇੰਗਲਿਸ਼ ਜ਼ਰੂਰੀ ਹੈ, ਲੇਕਿਨ ਮਾਂ ਬੋਲੀ ਬਾਬਾ ਜੀ ਸਾਡੇ ਘਰ ਤਾਂ ਨਹੀਂ ਅੰਗਰੇਜ਼ੀ ਬੋਲਦਾ, ਕੋ ਦੇਖਿਆ ਤੁਸੀਂ? ਨਹੀਂ, ਸਾਰੇ ਪੰਜਾਬੀ ਬੋਲਦੇ। ਮੈਨੂੰ ਤਾਂ ਨਹੀਂ ਕੰਪਲੇਂਟ ਹੈਗੀ, ਸਾਡੇ ਘਰ ਪੰਜਾਬੀ ਬੋਲਦੇ ਆ ਨਾ। ਘਰ ਘਰ ਤੇ ਡਿਪੈਂਡ ਹੈ ਜੀ। ਮੈਂ, ਮੇਰੀ ਉਮਰ 7 ਸਾਲ ਸੀ ਜਦੋਂ ਮੈਂ ਅਮਰੀਕਾ 'ਚ ਆ ਗਿਆ, ਅਸੀਂ ਅਜੇ ਪੰਜਾਬੀ ਬੋਲਦੇ, ਮੇਰੇ ਬੱਚੇ ਆ ਤਾਂ ਉਹ ਵੀ ਪੰਜਾਬੀ ਬੋਲਦੇ ਨੇ। ਸੋ ਜਿਹੜੇ ਇਹ ਪਰ ਫੈਮਿਲੀ ਬੇਸ ਹੈ, ਜਿਸ ਹਿਸਾਬ ਨਾਲ ਫੈਮਿਲੀ ਉਹਨਾਂ ਨੂੰ ਬੋਲ ਕਰ ਰਹੀ ਹੈ, ਜਿਸ ਹਿਸਾਬ ਨਾਲ ਉਹਨਾਂ ਨੂੰ ਕਲਚਰ ਵੈਲਿਊ ਸਿਖਾ ਰਹੀ ਹੈ। ਹਾਂਜੀ, ਜਿੱਦਾਂ ਗੁਰੂ ਘਰ ਦੇ 700 ਬੱਚੇ ਤਕਰੀਬਨ ਇੱਥੇ ਪੜ੍ਹਦੇ ਸਕੂਲ ਦੇ, ਆਪਾਂ ਤੁਹਾਨੂੰ ਸੰਡੇ ਨੂੰ ਦਿਖਾਵਾਂਗੇ ਬਾਬਾ ਜੀ। ਸੋ ਉਹਨਾਂ ਨੂੰ ਇਹੀ ਬੇਸ ਹੈ ਵੀ ਸਿਰਫ ਇਕੱਲੇ ਗੁਰਬਾਣੀ ਨਹੀਂ, ਕਿਉਂਕਿ ਪੰਜਾਬੀ ਵੀ ਜਿਹੜੀ ਬਾਬਾ ਜੀ ਅੰਦਰ ਕਿਚਨ ਦਿਖਾ ਦੇ। ਆ ਜਾਓ, ਤੁਹਾਨੂੰ ਕਿਚਨ ਦਿਖਾ ਰਹੇ, ਨਵੀਂ ਇੱਕ ਰੋਟੀ ਪਕਾਉਣ ਵਾਲੀ ਮਸ਼ੀਨ ਅਜੇ ਹੁਣੇ ਅਰਾਈਵ ਹੋਈ ਹੈ। ਠੀਕ ਹੈ ਜੀ, ਅੱਛਾ ਜੀ, ਤੁਹਾਨੂੰ ਦੱਸ ਦਿੰਦੇ ਸਾਰਿਆਂ ਨੂੰ। ਅੱਜ ਤੁਹਾਨੂੰ ਸਾਰੀ ਕਿਚਨ ਦਿਖਾ ਦਿੰਦੇ। ਆਇਓ ਡਾਕਟਰ ਸਾਹਿਬ। ਹਾਂਜੀ, ਆ ਜਾਓ।
ਵੀਡੀਓ ਇਸ ਫਿਨਿਸ਼ਡ ਪਿਛਲੀ ਵਾਰੀ ਠੀਕ ਹੈ ਜੀ। ਇਹ ਹੈ ਜੀ ਮਾਡਰਨ ਕਿਚਨ, ਇਹ ਮਾਡਰਨ ਕਿਚਨ ਹੈ ਜਿਹਨੂੰ ਕਿ ਲੰਗਰਖਾਨਾ ਕਿਹਾ ਜਾਂਦਾ। ਇਹਦੀ ਪ੍ਰੀਪਰੇਸ਼ਨ ਫੂਡ ਆਫ ਕਿਸ ਤਰੀਕੇ ਨਾਲ ਤਿਆਰ ਹੁੰਦੀ, ਰੋਟੀਆਂ ਕਿਸ ਤਰ੍ਹਾਂ ਪੱਕਦੀਆਂ ਨੇ, ਫੁਲਕੇ ਕਿਸ ਤਰ੍ਹਾਂ ਲਾਏ ਜਾਂਦੇ ਨੇ, ਔਰ ਪ੍ਰਸਾਦ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ, ਫਿਰ ਉਸ ਤੋਂ ਬਹੁਤ ਡਿਸ਼ ਵਾਸ਼ਿੰਗ ਦਾ ਵੀ ਪੂਰਾ ਸਿਸਟਮ ਹੈ। ਜਿਹੜਾ ਉੱਪਰ ਜੇ ਹੁੱਡ ਲੱਗਿਆ ਹੋਇਆ ਜੀ, ਕਿ ਸਾਰੀ ਸਮੋਕ ਐਗਜ਼ਾਸਟ ਜਿਹੜੀ ਉੱਪਰ ਸਮੋਕ ਐਗਜ਼ਾਸਟ ਨੂੰ ਸਾਰਾ ਪ੍ਰੀਵੈਂਟ ਕਰਦਾ ਜੀ। ਉੱਪਰ ਸਪ੍ਰਿੰਕਲਰ ਲੱਗੇ ਹੋਏ ਇਨ ਕੇਸ ਆਫ ਫਾਇਰ, ਰਾਈਟ ਵੇ ਸਪ੍ਰਿੰਕਲਰ ਔਨ ਹੋ ਜੀ ਉੱਪਰ। ਸੋ ਮਾਡਰਨ ਡੇ ਜਿਹੜੀ ਮੇਨ ਕਿਚਨ ਹੈ ਜੀ, ਦੋ ਤਵੀਆਂ ਕਲਾਸਿਕਲ ਚੱਲਦੇ ਨੇ। ਅੱਛਾ, ਇਹ ਤਵੇ ਆ ਨੇ ਜੀ, ਮਾਡਰਨ ਤਵੇ ਇਹਦੇ ਤੇ ਰੋਟੀਆਂ ਪਕਾਈਆਂ ਜਾਂਦੀਆਂ। ਹਾਂ ਜੀ, ਗੁੱਡ। ਤੇ ਬਾਕੀ ਤੁਹਾਨੂੰ ਅਸੀਂ ਦੂਸਰੀ ਵੀ ਜਿਹੜੀ ਨਵੀਂ ਮਸ਼ੀਨ ਹੈ ਅੱਜ ਹੀ ਅਰਾਈਵ ਹੋਈ ਹੈ, ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ। ਤੇ ਬਾਕੀ ਆਹ ਜੀ ਸਾਰੇ ਆਪਣੇ ਕਿਚਨ ਦੇ ਸਾਰੇ ਚੁੱਲ੍ਹੇ ਲੱਗੇ ਨੇ, ਇਹਨਾਂ ਦੇ ਵਿੱਚੋਂ ਸੇਮ ਪਾਣੀ ਫਿਲਟਰਡ ਪਾਣੀ ਅੱਗ ਲੱਗ ਗਿਆ ਤੇ ਫਿਰ ਨਹੀਂ, ਵੈਸੇ ਵੀ ਜਦੋਂ ਪਾਣੀ ਐਡ ਕਰਨਾ ਪਾਣੀ ਰਾਈਟ, ਠੀਕ ਹੋ ਗਿਆ। ਉਸੇ ਦੇ ਨਾਲ ਉਸੇ ਦੇ ਜਾਣੀ ਲੋੜ ਨਹੀਂ, ਉਸੇ ਦੇ ਨਾਲ ਜਿੰਨਾ ਕਿ ਕਿਉਂਕਿ ਭਾਰੇ ਪਤੀਲੇ ਨੇ, ਸੋ ਨਾਲ ਦੀ ਨਾਲ ਸਭ ਕੁਝ ਐਡ ਹੋ ਜਾਂਦਾ ਜੀ। ਇਹ ਪੂੜੀਆਂ ਜੀ, ਹਾਂਜੀ ਹਾਂਜੀ, ਬਹੁਤ ਹਲਕੀ ਪੂੜੀਆਂ ਕੱਢ ਕੇ ਹਟੇ ਆ ਜੀ, ਪੰਜਾਬੀਆਂ ਨੂੰ ਪੂੜੀਆਂ ਬਹੁਤ ਪਸੰਦ ਆ ਜੀ। ਅਸੀਂ ਲੋਕ ਚ ਰਹਿੰਦੇ, ਬਾਕੀ ਤੁਹਾਨੂੰ ਸਟੋਰੇਜ ਰੂਮ ਵੀ ਦਿਖਾ ਦਿੰਦੇ ਆ ਸਾਰਾ ਆਰਗੇਨਾਈਜ਼। ਇਹ ਜੀ ਸਾਰਾ ਸਟੋਰੇਜ ਰੂਮ ਆਪਣਾ ਜੀ। ਓਕੇ ਜੀ, ਇਹਦੇ ਅੰਦਰ ਤਮਾਮ ਅਜਨਾਸ ਡਰਾਈ ਫੂਡ ਜਿੰਨਾ ਵੀ ਆ, ਯਾਨੀ ਕਿ ਖੁਰਾਕ ਜ਼ਖੀਰਾ ਜਿਹਨੂੰ ਕਹਾਂਗੇ ਅਸੀਂ ਸਟੋਰੇਜ, ਉਹ ਸਾਰੇ ਰਾਈਸ ਵਗੈਰਾ ਪਏ ਹੋਏ ਨੇ, ਇਹ ਦਾਲਾਂ ਪਈਆਂ ਨੇ। ਇੱਕ ਜਿਹੜਾ ਹੈਲਥ ਡਿਪਾਰਟਮੈਂਟ ਦਾ ਜੀ ਵਾਟਰ ਜਿਹੜਾ ਹੈਗਾ, ਮਤਲਬ ਸਾਰੇ ਡਿਫਰੈਂਟ ਤਰ੍ਹਾਂ ਦੇ ਸੈਨੇਟਾਈਜ਼ ਰਿੰਸ ਮੁੱਕੇ ਵਾਟਰ ਲਾਈਨ ਸਾਰੇ ਤਿੰਨ ਤਰ੍ਹਾਂ ਤੋਂ ਪਾਣੀ ਚੱਲ ਗਏ। ਜਿਹੜਾ ਸਿਟੀ ਦੇ ਰੂਲ ਰੈਗੂਲੇਸ਼ਨ ਹੈ ਉਹਨੂੰ ਲੰਗਰ ਹਾਲ ਦੇ ਅੰਦਰ ਵੀ ਸਾਨੂੰ ਪੂਰੇ ਬਦਲਣੇ ਪੈਂਦੇ ਹੋ, ਚੈੱਕ ਕਰਦੇ ਹੋ ਕਰੀਏ ਬਿਲਕੁਲ ਜਿਹੜੀਆਂ ਨੇ ਉਹ ਡਿਫਰੈਂਟ ਲਾਈਨਸ ਨੇ, ਧੋਣ ਵਾਸਤੇ ਲਹਿਦਾ, ਪੀਣ ਵਾਸਤੇ ਲਹਿਦਾ। ਇਹ ਬਰਤਨ ਜੀ ਜਿਨ੍ਹਾਂ 'ਚ ਖਾਣਾ ਤਿਆਰ ਕੀਤਾ ਜਾਂਦਾ ਹੈ। ਟਿਸ਼ੂਜ਼ ਦਾ ਯੂਜ਼ ਬਹੁਤ ਜ਼ਿਆਦਾ ਇੱਥੇ, ਹਰ ਜਗ੍ਹਾ ਦੇ ਉੱਤੇ ਟਿਸ਼ੂਜ਼ ਜਿਹੜੇ ਨੇ ਉਹ ਬਹੁਤ ਜ਼ਿਆਦਾ ਯੂਜ਼ ਕੀਤੇ ਜਾਂਦੇ। ਫਿਰ ਉਹਦੇ ਸਟੋਕ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਔਰ ਹੈ ਲੰਗਰ ਵਾਸਤੇ ਪਤੀਲੇ ਜਿਹੜੇ ਨੇ। ਬੱਲੇ ਬੱਲੇ ਠੰਡਾ ਬਹੁਤ ਅੱਛੇ ਤੇ ਡੈਫੀਨੇਟਲੀ ਇਹ ਗ੍ਰੇਨ ਸਾਰਾ ਰੋਟੀ ਪਲਾਂਟ ਆ ਗਿਆ ਜੀ ਨਵਾਂ, ਰੋਟੀ ਪਲਾਂਟ ਲੱਗ ਰਿਹਾ ਹੁਣ ਇੱਥੇ ਗੁਰੂ ਘਰ ਦੇ ਵਿੱਚ। ਇਹ ਸਾਰੇ ਟੈਕਨੀਕਲਸ ਜਿੰਨੇ ਵੀ ਬੰਦੇ ਆ ਉਹ ਸਾਰੇ ਉਹ ਚੇਨ ਵਾਲੀ, ਕਿਉਂਕਿ ਜਿਹੜੇ ਲੋਕ ਤੇ ਮੈਨੂੰ ਫੋਲੋ ਕਰਦੇ ਨੇ ਆਲ ਓਵਰ ਦਾ ਵਰਲਡ, ਇੱਥੋਂ ਇਹ ਚਪਾਤੀ ਕਵੀਨ ਇਹਦਾ ਨਾਂ ਹੈ ਜੀ। ਇਹ ਉਹੀ ਹੈ ਜਿਹੜੀ ਕਿ ਗੌਰਮੈਂਟ ਆਫ ਪੰਜਾਬ ਨੇ ਲਾਹੌਰ ਦੇ ਵਿੱਚ 5 ਰੁਪਏ ਦੀ ਰੋਟੀ ਕੱਢੀ ਸੀ, ਉਹੀ ਮਸ਼ੀਨ ਹੈ, ਉਹ ਤੋਂ ਛੋਟੀ ਹੈ, ਸੇਮ ਲਾਈਕ ਉਹੀ ਮਸ਼ੀਨ ਹੈ ਜੀ। ਜਿਹੜੇ ਬੰਦੇ ਲਾਹੌਰੀਆ ਜਾਂ ਪਾਕਿਸਤਾਨੀ ਪੰਜਾਬੀ ਹੈ ਉਹ ਦੇਖ ਲੈਣ, ਜਾਂ ਪਿਸ਼ਾਵਰੀ ਸਿੰਘ ਜਿਹੜੇ ਨੇ ਉਹ ਆਟੋਮੈਟਿਕ ਪਲਾਂਟ ਜਿਹੜਾ ਇੱਥੇ ਗੁਰੂ ਘਰ ਦੇ ਵਿੱਚ ਲੱਗ ਗਿਆ। ਲੇਕਿਨ ਪਿਸ਼ੌਰੀਆਂ ਦੀ ਰੋਟੀ ਕੌਣ ਖਾਏਗਾ, ਇੰਨੀ ਵੱਡੀ ਇੰਨੀ ਮੋਟੀ ਰੋਟੀ ਹੁੰਦੀ ਹੈ ਕਿ ਇੱਕ ਰੋਟੀ ਦਾ 10ਵਾਂ ਹਿੱਸਾ ਵੀ ਲੈ ਲੈਂਦੇ ਆ ਮੇਰੇ ਢਿੱਡ ਭਰ ਜਾਂਦਾ। ਇਹਦੇ 10 ਸਾਈਜ਼ ਦੇ ਜਿੰਨੇ ਮਰਜ਼ੀ ਫੰਕਸ਼ਨ ਕਰ ਲਓ, ਜਿੰਨੀ ਮਰਜ਼ੀ ਮੋਟੀ ਕਰ ਲਓ, ਜਿੰਨੀ ਮਰਜ਼ੀ ਪਤਲੀ ਕਰ ਲਓ। ਵੀਰ ਜੀ ਆਏ ਕਿੱਥੋਂ ਹੈ, ਇੰਡੀਆ ਤੋਂ? ਹਾਂਜੀ ਹਾਂਜੀ, ਵਾਹ ਜੀ ਵਾਹ, ਦਿੱਲੀ ਤੋਂ ਆਈ ਹੈ ਜੀ। ਇਹਨੂੰ ਕਿੰਨਾ ਚਿਰ ਲੱਗਾ ਇੱਥੇ ਪਹੁੰਚਣ ਨੂੰ? ਇਹਨੂੰ ਮਹੀਨੇ ਤੋਂ ਉੱਪਰ ਲੱਗਣਾ, ਸ਼ਿਪ ਦੇ ਵਿੱਚ ਆਈ ਸ਼ਿਪ। ਉੱਥੇ ਥੋੜੀ ਮਤਲਬ ਉਹ ਪੈ ਗਿਆ ਹੋਣਾ ਨਾ ਨਾਲ। ਬਾਬਾ ਜੀ ਮੈਨੂੰ ਇੱਕ, ਤੁਸੀਂ ਲਾਈਵ ਹੋ ਇਸ ਵੇਲੇ, ਆਪਾਂ ਲਾਈਵ ਹਾਂ, ਅਸੀਂ ਸਾਰੇ ਇੰਡੀਆ ਤੋਂ ਹਾਂ, ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ,
ਤੁਸੀਂ ਪਾਕਿਸਤਾਨ ਤੋਂ ਹੋ ਜੀ, ਆਪਣੇ ਕੰਟਰੀ 'ਚ ਆਪਾਂ ਨੂੰ ਪਤਾ ਹੀ ਪੋਲੀਟਿਕਸ ਕੀ ਚੱਲਦੀ ਹੈ। ਹਾਂਜੀ, ਅਸੀਂ ਕੀ ਤੁਹਾਨੂੰ ਪਿਛਲੇ ਕੁਛ ਦਿਨਾਂ ਤੋਂ ਤੁਸੀਂ ਮੇਰੇ ਕੋਲ ਹੋ, ਕਜੀ ਹੁਣੇ ਇੱਥੇ ਨੇ ਹੈਗੇ ਨੇ, ਹਾਊ ਡੂ ਯੂ ਫੀਲ ਕਿ ਆਪਾਂ ਇੰਡੀਅਨ ਪਾਕਿਸਤਾਨੀ ਇੱਕ ਦੂਜੇ ਨਾਲ ਕਿੱਦਾਂ ਰਿਲੇਟ ਕਰਦੇ ਹਾਂ ਅਤੇ ਪੋਲੀਟਿਕਸ 'ਚ ਮੀਡੀਆ 'ਚ ਆਪਾਂ ਨੂੰ ਕਿੱਦਾਂ ਨਜ਼ਰ ਆਉਂਦਾ? ਦੇਖੋ ਜੀ, ਇਹ ਮੈਂ ਕਹਾਂਗਾ ਕਿ ਸਰਕਾਰਾਂ ਦੀਆਂ ਜਿਹੜੀਆਂ ਆਪਣੀਆਂ ਗੱਲਾਂ ਨੇ, ਉਹਨਾਂ ਦੇ ਆਪਣੇ ਮਤਲਬ ਇਸ਼ੂਜ਼ ਨੇ ਜਾਂ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਨੇ, ਉਹਦੇ ਮੁਤਲਕ ਅਸੀਂ ਕੁਝ ਨਾ ਕਹੀਏ ਤਾਂ ਬਿਹਤਰ ਹੈ, ਕਿਉਂਕਿ ਲੇਕਿਨ ਕਮਿਊਨਿਟੀ ਜਿਹੜੀ ਹੈ, ਪੰਜਾਬੀ ਕਮਿਊਨਿਟੀ ਹੈ, ਉਹ ਇੱਕ ਦੂਜੇ ਤੋਂ ਕਿਤੋਂ ਵੀ ਪਿੱਛੇ ਨਹੀਂ ਹੈ। ਜਿੱਥੇ ਵੀ ਇੱਥੇ ਮੈਂ ਦੇਖਿਆ, ਤਮਾਮ ਪੰਜਾਬੀ ਕਮਿਊਨਿਟੀ ਇੱਕ ਦੂਜੇ ਨਾਲ ਬੈਠਦੀ ਹੈ। ਮੈਂ ਤਾਂ ਉਸ ਦਿਨ ਹੁਣ ਅਸੀਂ ਗਏ ਹਾਂ ਤਾਂ ਹੋਟਲ ਜਿਹੜਾ ਸੀ ਉਹ ਪਾਕਿਸਤਾਨੀਆਂ ਦਾ ਸੀ, ਨਾਮ ਸੀ ਨਾ ਦੇਖਿਆ ਇੰਡੋ ਪਾਕ ਉਹਦਾ ਰੈਸਟੋਰੈਂਟ, ਉਹਦਾ ਨਾਮ ਇੰਡੋ ਪਾਕ ਇਕੱਠੇ ਲਿਖਿਆ, ਇੰਡੋ ਪਾਕ ਜਿਹੜਾ ਉਹਦਾ ਨਾਮ ਲਿਖਿਆ ਹੋਇਆ। ਅਤੇ ਇਹ ਗੱਲਾਂ ਜਿਹੜੀਆਂ ਨੇ, ਇਨਸਾਨ ਅਗਰ ਦੇਖੇ ਤਾਂ ਇਹ ਸਬਕ ਹਾਸਲ ਕਰਨ ਵਾਸਤੇ ਹੀ ਹੁੰਦਾ ਸਾਰਾ ਕੁਝ ਜਿਹੜਾ। ਆਪਣੇ ਪ੍ਰੈਜ਼ੀਡੈਂਟ ਨੇ, ਸਾਰਿਆਂ ਦੇ ਗੁਰੂ ਘਰ ਦੇ ਸਾਹਿਬ ਦੇ ਪ੍ਰਧਾਨ ਨੇ ਹਰਦੇਵ ਸਿੰਘ ਤੱਖਰ, ਇਹਨਾਂ ਨੂੰ ਮਿਲੋ ਜੀ। ਇਹ ਪਾਕਿਸਤਾਨ ਤੋਂ ਆਏ ਆ ਇੱਥੇ, ਡਾਕਟਰ ਸਾਹਿਬ ਉਹਨਾਂ ਦੇ ਕੋਲ ਡਾਕੂਮੈਂਟਰੀ ਕਰ ਰਹੇ ਵੀ ਕਿੰਨੇ ਵਧੀਆ ਪੰਜਾਬੀ ਸਾਰੇ ਜਣੇ ਇਕੱਠੇ ਰਹਿੰਦੇ ਇੱਥੇ, ਪੰਜਾਬੀ ਕਲਚਰ ਕਿੰਨਾ ਵੈਲਿਊ। ਮੈਂ ਜੀ ਪੰਜਾਬੀ ਕਲਚਰ ਐਂਡ ਹੈਰੀਟੇਜ ਔਰ ਗੁਰਦੁਆਰਾਸ ਦੇ ਬਾਰੇ ਖੋਜ ਲਾਨਾ ਵਾ, ਜਿਹੜੇ ਅਬੌਂਡਡ ਗੁਰਦੁਆਰਾਸ ਜਿਹੜੇ ਕਿ ਹਾਂਜੀ, ਮੈਂ ਯੂਟਿਊਬ ਦੇ ਉੱਤੇ ਵੀ, ਫੇਸਬੁੱਕ ਦੇ ਉੱਤੇ ਉਹ ਮੈਂ ਹੀ ਹਾਂ, ਤਾਂ ਉਹ ਜਗ੍ਹਾ ਦੇ ਉੱਤੇ ਜਨਾਬੇ ਅਲੀ ਤੁਸੀਂ ਦੇਖਦੇ ਰਹਿੰਦੇ ਹੋ ਮੇਰਾ ਪੇਜ? ਮੈਂ ਦੇਖਦੇ ਰਹਿੰਦਾ ਸਾਰੇ। ਕੈਸਾ ਲੱਗਾ ਤੁਹਾਨੂੰ ਮੇਰਾ ਕੰਮ? ਬਹੁਤ ਵਧੀਆ ਭਾਈ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਸ ਵਾਸਤੇ, ਇਹ ਸਾਰੇ ਗੁਰਦੁਆਰਿਆਂ ਦੀ ਜਾਣਕਾਰੀ ਦਿੰਦੇ ਹੋ ਕਿੱਥੇ ਕਿੱਥੇ, ਮਹਾਰਾਜ ਰਣਜੀਤ ਸਿੰਘ ਦਾ ਤੁਸੀਂ ਦੱਸਿਆ ਸੀਗਾ, ਫਿਰ ਤੁਸੀਂ ਸਰਦਾਰ ਬਲਜੀਤ ਸਿੰਘ ਦਾ ਦੱਸਿਆ ਸੀ ਕਿ ਨਾਮ ਹਰੀ ਸਿੰਘ ਨਲੂਆ ਦਾ ਦੱਸਿਆ ਸੀ, ਉਹ ਵੀ ਦੇਖਿਆ ਸੀ ਮੈਂ ਸਾਰਾ ਗੁਰਦੁਆਰਾ। ਠੀਕ ਹੈ ਜੀ, ਪ੍ਰਧਾਨ ਜੀ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਦੇਖ ਕੇ, ਔਰ ਤੁਹਾਡੀ ਸਰਵਿਸਿਜ਼ ਬਹੁਤ ਅੱਛੀਆਂ ਔਰ ਬਹੁਤ ਸਾਫ਼ ਸੁਥਰੀਆਂ ਨੇ, ਹਾਈਜੀਨਿਕ ਨੇ। ਤੁਸੀਂ ਕੋਈ ਪੈਗਾਮ ਦੇਣਾ ਚਾਹੋ ਪੰਜਾਬੀ ਕਮਿਊਨਿਟੀ ਨੂੰ ਆਪਣੀ ਨੂੰ? ਬਹੁਤ ਅੱਛਾ ਤੁਸੀਂ ਕਰ ਰਹੇ ਹੋ, ਔਰ ਖਾਸ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਜਿਹੜੀ ਚੀਜ਼ ਦੀ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਵੀ ਇਸ ਘਰ ਦੇ ਅੰਦਰ ਜਾਂ ਕਿਚਨ ਦੇ ਅੰਦਰ ਜਿਹੜਾ ਉਹ ਧਰਮ ਨਹੀਂ ਦੇਖਿਆ ਜਾਂਦਾ ਬੰਦੇ ਦਾ ਆਉਣ ਤੋਂ ਪਹਿਲਾਂ ਜਿਹੜਾ, ਔਰ ਸਭ ਨੂੰ ਇੱਕ ਜੈਸੀ ਇੱਜ਼ਤ ਦਿੱਤੀ ਜਾਂਦੀ ਹੈ। ਇਹੀ ਜ਼ਰੂਰਤ ਹੈ ਦੁਨੀਆ ਦੇ ਹਰ ਮਜ਼ਹਬ ਨੂੰ ਕਿ ਜੋ ਜਿੱਥੇ ਵੀ ਜਾਵੇ ਜਾਂ ਜਿਸ ਜਗ੍ਹਾ ਦੇ ਉੱਤੇ ਜਾਵੇ ਉਹਨੂੰ ਬਰਾਬਰ ਦੀ ਇੱਜ਼ਤ ਮਿਲਣੀ ਚਾਹੀਦੀ ਹੈ, ਪਿਆਰ ਮਿਲਣਾ ਚਾਹੀਦਾ। ਇਹ ਇੱਥੇ ਸਭ ਕਮਿਊਨਿਟੀ ਦੇ ਲੋਕ ਸ਼ਾਮਿਲ ਨੇ। ਮੈਂ ਉਸ ਦਿਨ ਵੀ ਅਗਰ ਇੰਡੀਆ ਤੋਂ ਆਏ ਸਾਡੇ ਮਕੈਨਿਕ ਨੇ ਇੱਥੇ, ਤੁਹਾਡਾ ਕੀ ਨਾਮ ਹੈ ਜੀ? ਕੁਲਭੂਸ਼ਣ ਭਾਰਦਵਾਜ। ਵਾਹ ਜੀ ਵਾਹ, ਦੇਖੋ ਭਾਰਦਵਾਜ ਜੀ ਆਪ ਯਹਾਂ ਪੇ ਹੈਂ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਆਪਕੋ ਕੈਸਾ ਫੀਲ ਹੋਤਾ ਹੈ? ਆਪ ਸਿੱਖ ਧਰਮ ਸੇ ਹੈਂ, ਯੇ ਮੁਸਲਿਮ ਭਾਈ ਹੈਂ, ਔਰ ਯੇ ਸਿੱਖ ਹੈਂ, ਆਜ ਹਮ ਸਭੀ ਇਕੱਠੇ ਖੜੇ ਹੈਂ। ਮੁਝੇ ਬਹੁਤ ਅੱਛਾ ਲਗਤਾ ਹੈ ਜੀ, ਆਈ ਰੈਸਪੈਕਟ ਆਲ ਦ ਰਿਲੀਜੀਅਨਸ। ਵੈਰੀ ਗੁੱਡ। ਇਹੀ ਪੈਗਾਮ ਜਿਹੜਾ ਮੈਂ ਲੈ ਕੇ ਆਇਆ ਵਾਂ ਕਿ ਤਮਾਮ ਮਜ਼ਹਬਾਂ ਦੀ ਇੱਜ਼ਤ ਬਹੁਤ ਜ਼ਰੂਰੀ ਹੈ। ਸ਼ਾਮ ਨੂੰ ਆਉਂਗੇ ਤਾਂ ਨਾ ਐਕਚੁਅਲੀ ਬਾਕੀ ਮਜ਼ਹਬ ਜ਼ਿਆਦਾ ਹੋਣੇ ਹੈ। ਬੈਨ ਅਲ-ਕੌਮੀ, ਬੈਨ ਅਲ-ਮਜ਼ਾਹਿਬ, ਜਿਹੜੀ ਆਪਸ 'ਚ ਜਿਹੜੀ ਹਮ ਆਹੰਗੀ ਹੈ, ਉਹ ਇਸ ਵਕਤ ਦੀ ਅਹਿਮ ਜ਼ਰੂਰਤ ਹੈ। ਬੱਚਿਆਂ ਨੂੰ ਅੱਗੇ ਐਜੂਕੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਹਰ ਮਜ਼ਹਬ ਦੀ, ਹਰ ਧਰਮ ਦੀ ਆਪਣੀ ਆਪਣੀ ਜਗ੍ਹਾ ਦੇ ਉੱਤੇ ਇੱਜ਼ਤ ਹੈ, ਲਿਹਾਜ਼ਾ ਕੋਈ ਘੱਟ ਜਾਂ ਵੱਧ ਨਹੀਂ ਹੁੰਦਾ, ਲਿਹਾਜ਼ਾ ਸਭ ਨੂੰ ਪਿਆਰ, ਸਭ ਨੂੰ ਮੁਹੱਬਤ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ, ਰਿਸਪੈਕਟ ਦੇਣੀ ਚਾਹੀਦੀ ਹੈ। ਰਿਸਪੈਕਟ ਜਿਹੜੀ ਹੈ ਗਿਵਿੰਗ ਟੇਕਿੰਗ ਹੁੰਦੀ ਹੈ ਹਮੇਸ਼ਾ। ਪਿਆਰ ਕਿਸੇ ਨੂੰ ਤੁਸੀਂ ਦਿਓਗੇ ਤਾਂ ਲੱਭਦਾ, ਇੱਜ਼ਤ ਕਿਸੇ ਨੂੰ ਦਿਓਗੇ ਤਾਂ ਦੁਬਾਰਾ ਲੱਭਦਾ। ਅਗਰ ਕਿਸੇ ਦੀ ਤੁਸੀਂ ਹੁਰਮਤ ਰੱਖੋਗੇ ਤਾਂ ਤੁਹਾਡੀ ਹੁਰਮਤ ਕਰੇਗਾ, ਅਗਰ ਤੁਸੀਂ ਕਿਸੇ ਦੀ ਬੇਹੁਰਮਤੀ ਕਰੋਗੇ ਤਾਂ ਤੁਹਾਡੀ ਵੀ ਆਪਣੀ ਵੀ ਬੇਹੁਰਮਤੀ ਹੋਏਗੀ। ਮੈਂ ਕਹਾਂਗਾ ਇਸ ਵੇਲੇ ਇਹ ਜ਼ਿੰਦਾ ਮਿਸਾਲ ਹੈ। ਜਿਹੜੇ ਹੈਂਡੀਕੈਪ ਲੋਕ ਨੇ ਜਿਹੜੇ ਨੀਚੇ ਨਹੀਂ ਬੈਠ ਸਕਦੇ ਉਹਨਾਂ ਵਾਸਤੇ, ਉਹਨਾਂ ਵਾਸਤੇ ਚੇਅਰ ਦਾ ਸਿਸਟਮ ਹੈ, ਅਦਰਵਾਈਜ਼ ਪੰਪਕਿਨਸ, ਹੈਲੋਵੀਨ ਵੀ ਆ ਰਿਹਾ ਤੇ ਪੰਪਕਿਨਸ ਜਿਹੜੇ ਨੇ ਉਹਦਾ ਕੀ ਕਿਹੜੀ ਮਸ਼ੀਨ ਹੈ? ਓਕੇ, ਬਰਫ ਦੇ ਟੋਟੇ। ਓਕੇ ਜੀ, ਇਹ ਚਾਹ ਦੇਖੋ ਜੀ, ਜਿਹਨੇ ਠੰਡਾ ਪੀਣਾ ਉਹਦੇ ਵਾਸਤੇ ਅਲੱਗ, ਇਹ ਠੰਡਾ ਪਾਣੀ ਵਾਲਾ ਹੀ ਹੈ, ਹੋਰ ਨਹੀਂ ਕੁਛ। ਹਾਂ ਜੀ, ਠੰਡਾ ਪੀਣਾ ਮੈਂ। ਇਹ ਆਹ ਦੇਖ ਲਓ ਤੁਸੀਂ, ਬਰਫ਼ ਜਿਹੜੀ ਹੈ ਬਿਲਕੁਲ ਰੈਡੀ ਪਈ ਹੋਈ, ਔਰ ਸਰਵਿਸਿਜ਼ ਜਿਹੜੀ ਹੈ ਉਹ ਕੋਈ ਵੀ ਕਰ ਸਕਦਾ ਆ ਕੇ, ਯਾਨੀ ਕਿ ਸੇਵਾ ਦਾ ਮਤਲਬ ਕਿ ਪੰਜਾਬੀ ਦੇ ਵਿੱਚ ਸੇਵਾ ਜਿਹੜਾ ਕਿਹਾ ਜਾਂਦਾ ਖਿਦਮਤ ਨੂੰ, ਖਿਦਮਤ ਜਿਹੜੀ ਹੈ ਇੱਥੇ ਆ ਕੇ ਕੋਈ ਵੀ ਕਰ ਸਕਦਾ। ਮੈਂ ਮੁਸਲਿਮ ਭਰਾਵਾਂ ਨੂੰ ਵੀ ਦੇਖਿਆ ਵੇ ਕਿ ਇੱਥੇ ਆ ਕੇ ਲੰਗਰ ਵਰਤਾਉਂਦਿਆਂ ਹੋਇਆਂ ਜਾਂ ਬੈਠ ਕੇ ਲੰਗਰ ਖਾਂਦਿਆਂ ਹੋਇਆਂ। ਕੱਲ੍ਹ ਮੈਂ ਇੱਕ ਜਗ੍ਹਾ 'ਤੇ ਗਿਆ ਹੋਇਆ ਸੀ, ਬਲੋਚਿਸਤਾਨ ਤੋਂ ਕੁਝ ਬੰਦੇ ਸੀ, ਉਹ ਵਿਚਾਰੇ ਉੱਥੇ ਪਹੁੰਚੇ ਸੀ ਔਰ ਬੜੀ ਇੱਜ਼ਤ ਔਰ ਮਾਣ ਦੇ ਨਾਲ। ਆ ਦੇਖੋ ਜੀ, ਇੱਥੇ ਜਿਹੜਾ ਹੈਂਡ ਵਾਸ਼ ਕਰਕੇ ਆਪਦੇ ਫਿਰ ਭਾਂਡੇ ਧੋਣ ਲੱਗ ਗਏ ਜੀ ਸਾਰੇ ਜਿਹੜੇ। ਫਿਰ ਦੇਖੋ ਇੱਧਰੋਂ ਸਿੰਕ ਦੇ ਵਿੱਚੋਂ ਕਰਕੇ ਸੈਨੇਟਾਈਜ਼, ਵੱਡੇ ਸਿੰਕ ਨੇ, ਇਹਦੇ ਵਿੱਚ ਸੋਪ ਨੇ, ਇਹ 'ਚ ਰੈਗੂਲਰ ਵਾਟਰ ਆ ਪਾਣੀ ਪੀਣ ਦਾ, ਇਹਦੇ ਵਿੱਚ ਸਾਬਣ ਆ ਜੀ। ਫਿਰ ਇਹਦੇ ਵਿੱਚ ਇਸ ਤਰੀਕੇ ਨਾਲ ਜਿੱਦਾਂ ਗਲਾਸ ਪਾਣੀ ਬਣਾਈ ਗਈ, ਇਹਦੇ ਵਿੱਚ 10 ਥਾਲ ਰਾਈਟ, ਜੇ ਐਕਸਟਰਾ ਪਾਣੀ ਵੀ ਕਰਨਾ ਹੋਵੇ ਇੱਦਾਂ ਕਰਕੇ 30 ਸਕਿੰਟਾਂ ਦੇ ਵਿੱਚ 10 ਸਾਲ ਧੋ ਕੇ ਦੂਸਰੇ ਵਿੱਚ ਲੈ ਲਓ। ਇਹ ਕਾਰਵਾ ਚਾਹੁੰਦੀ ਹੈਗਾ,
ਬਿਲਕੁਲ ਜੀ ਉੱਦਾਂ ਜਿੱਦਾਂ ਆਊਟ ਆਫ ਕਾਰ ਵਾਸ਼ ਵਾਲਿਆਂ ਨੇ ਗਰਮ ਪਾਣੀ ਦੇ ਨਾਲ ਸਟਰਲਾਈਜ਼ ਕਰਦੇ ਨੇ ਬਰਤਨਾਂ ਨੂੰ ਅਤੇ ਨਾਲ ਡਰਾਈ ਹੋ ਕੇ ਵੀ ਆਉਂਦੇ ਵੈਰੀ ਗੁੱਡ ਕਿਉਂਕਿ ਡਰਾਈ ਕਰਨ ਦਾ ਵੀ ਜਿਹੜਾ ਸਿਸਟਮ ਨਾਲ ਹੀ ਹੈ ਯਾਨੀ ਕਿ ਦੁਨੀਆਂ ਦਾ ਮੋਸਟ ਐਡਵਾਂਸ ਸਿਸਟਮ ਜਿਹੜਾ ਉਹ ਕੰਪਿਊਟਰਾਈਜ਼ ਜਿਹੜਾ ਬਰਤਨਾਂ ਨੂੰ ਧੋਣ ਦਾ ਉਹ ਵੀ ਇੱਥੇ ਮੌਜੂਦ ਹੈ। ਮੇਰਾ ਇੱਥੇ ਆ ਕੇ ਸਿਰਫ ਇਹਨਾਂ ਚੀਜ਼ਾਂ ਨੂੰ ਦਿਖਾਉਣ ਦਾ ਮਕਸਦ ਸਿਰਫ ਇਸ ਵਾਸਤੇ ਹੈ ਕਿ ਦੁਨੀਆਂ ਦੇ ਵਿੱਚ ਲੋਕ ਬਾਕੀ ਕਿਸ ਤਰ੍ਹਾਂ ਆਪਣੇ ਆਪਣੇ ਮਜ਼ਹਬ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਦੇ ਨੇ, ਠੀਕ ਹੈ ਜੀ, ਉਹਨਾਂ ਦੀ ਪ੍ਰੈਕਟਿਸ ਕੀ ਨੇ, ਉਹਨਾਂ ਨੂੰ ਬਹੁਤ ਜਲਦੀ ਇਹਦੇ ਬਾਰੇ 'ਚ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਆਖਿਰ ਇਹ ਸਾਰਾ ਕੁਝ ਕਿਉਂ ਕਰ ਰਿਹਾ ਹਾਂ। ਲੇਕਿਨ ਟਿਲ ਦੈਟ ਸਭ ਨੂੰ ਵੇਟ ਕਰਨਾ ਪਏਗਾ ਕਿ ਮੈਂ ਸਾਰਾ ਕੁਝ ਕਿਉਂ ਦਿਖਾ ਰਿਹਾ ਹਾਂ। ਇੱਥੇ ਜੀ ਹੁਕਮ ਜਿਹੜੇ ਨੇ ਉਹ ਲਿਖੇ ਜਾਂਦੇ ਨੇ, ਹੁਕਮ ਜਿਹੜੇ ਨੇ ਉਹ ਦੀਵਾਰਾਂ ਦੇ ਉੱਤੇ ਲਿਖੇ ਹੁੰਦੇ ਨੇ, ਆਰਡਰਸ ਲਿਖੇ ਹੁੰਦੇ ਨੇ, ਔਰ ਉਸ ਤੋਂ ਇਲਾਵਾ ਜਿਹੜਾ ਗੁਰਬਾਣੀ ਦੇ ਸ਼ਬਦ, ਯਾਨੀ ਕਿ ਜਿਸ ਤਰ੍ਹਾਂ ਵਰਸਿਸ ਹੁੰਦੀਆਂ ਨੇ, ਇਹ ਸਮਝ ਲਓ ਕਿ ਗੁਰੂ ਗ੍ਰੰਥ ਸਾਹਿਬ ਦੀ ਆਇਆਤ ਜਿਹੜੀਆਂ ਨੇ ਉਹ ਲਿਖੀਆਂ ਜਾਂਦੀਆਂ ਨੇ, ਸ਼ਬਦ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਆਰਡਰਸ ਜਿਹੜੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਲੱਗੇ ਹੁੰਦੇ ਨੇ। ਹੈਂਡੀਕੈਪ ਲੋਕਾਂ ਵਾਸਤੇ ਜਿਹੜੇ ਲੋਕ ਕਿ ਆਰਾਮ ਨਾਲ ਥੱਲੇ ਨਹੀਂ ਬੈਠ ਸਕਦੇ ਜਾਂ ਲੱਤਾਂ ਕਮਜ਼ੋਰ ਨੇ ਜਾਂ ਬੁੱਢੇ ਲੋਕ ਨੇ, ਉਹਨਾਂ ਵਾਸਤੇ ਟੇਬਲ ਚੇਅਰਸ ਹੈ। ਅਦਰਵਾਈਜ਼ ਸਭ ਲੋਕ ਜਿਹੜੇ ਨੇ ਇਸ ਤਰੀਕੇ ਨਾਲ ਬੈਠ ਕੇ ਜਿਸ ਤਰ੍ਹਾਂ ਲੰਗਰ ਦਾ ਕੋਨਸੈਪਟ ਹੈ ਉਸੇ ਤਰ੍ਹਾਂ ਹੀ ਰੋਟੀ ਖਾਂਦੇ ਨੇ। ਵੀਰ ਜੀ ਸ਼ਬਦ ਦੇ ਬਾਰੇ ਦੱਸੋ ਜ਼ਰਾ। ਹਾਂਜੀ, ਸ਼ਬਦ ਗੁਰੂ ਨਾਨਕ ਸਾਹਿਬ ਜੀ ਬਾਰੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਵੇਲੇ ਰੈਵੋਲੂਸ਼ਨਰੀ ਕੰਮ ਕੀਤਾ ਸੀ ਕਿ ਜਿਹੜੇ ਝੂਠੇ ਫੋਕਟ ਪਖੰਡ ਹੈਗੇ ਸੋਸਾਇਟੀ 'ਚ ਚੱਲ ਰਹੇ ਸੀਗੇ ਉਹਨਾਂ ਨੂੰ ਹਟਾਉਣ ਦੇ ਲਈ ਗੁਰੂ ਸਾਹਿਬ ਨੇ ਇੱਕ ਉਹੋ ਜਿਹਾ ਰੈਵੋਲੂਸ਼ਨ ਕੀਤੀ ਉਸ ਜ਼ਮਾਨੇ ਦੇ ਵਿੱਚ ਜਿਹੜੀ ਕਿ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਕਿ ਜਿਹੜੇ ਆਪਾਂ ਜਨੇਊ ਪਾਉਣਾ ਜਿਸ ਤਰ੍ਹਾਂ ਵੀ ਕੋਈ ਜਿਹੜੇ ਵੇਲੇ ਝੂਠੀਆਂ ਆਪਾਂ ਜਿਹੜੀ ਇੰਸਟੀਚੁਲਾਈਜੇਸ਼ਨ ਸੀਗੀ ਰਿਲੀਜਨ ਦੀ ਉਸ ਨੂੰ ਬੰਦ ਕਰਨ ਦੇ ਲਈ ਗੁਰੂ ਸਾਹਿਬ ਨੇ ਇਹ ਸਭ ਤੋਂ ਕੰਮ ਕੀਤਾ ਕਿ ਇਹ ਸਾਰੇ ਪਖੰਡ ਨੇ ਇਹਨਾਂ ਨੂੰ ਛੱਡੋ, ਜਦੋਂ ਆਪਾਂ ਪਹਿਲਾਂ ਹੀ ਕੰਮ ਕਰ ਛੱਡਿਆ ਆਪਣਾ ਹੱਥੀਂ ਕੰਮ ਕਰੋ, ਤੁਹਾਨੂੰ ਕੋਈ ਜੰਗਲਾਂ 'ਚ ਜਾ ਕੇ ਸੰਨਿਆਸੀ ਬਣਨ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੇ ਅਗਰ ਇਹ ਨਜ਼ਰ ਆ ਰਹੇ ਤਾਂ ਯੋਗੀਜ਼ ਨਜ਼ਰ ਆ ਰਹੇ। ਹਾਂਜੀ, ਯੋਗੀ ਜਿਹੜਾ ਨੇ ਇਹਨਾਂ ਦਾ ਕੰਮ ਹੁੰਦਾ ਸੀਗਾ ਪੁਰਾਣੇ ਜ਼ਮਾਨੇ 'ਚ ਕਿ ਤੁਸੀਂ ਮੰਗ ਕੇ ਖਾਓ ਪਿੱਛਾ ਲਓ, ਮਤਲਬ ਉਹ ਡਾਇਰੈਕਟ ਲਿੰਕ ਵਿਦ ਅ ਟਿੱਲਾ ਜੋਗੀਆਂ, ਜਿੱਥੇ ਕਿ ਯੋਗੀਜ਼ 100,000 ਯੋਗੀ 1947 ਦੇ ਵਿੱਚ ਮੌਜੂਦ ਸੀ। ਵੈਰੀ ਗ੍ਰੇਟ ਜੀ ਇਹ ਸਟੋਰੀ, ਬਿਲਕੁਲ ਜਾ ਕੇ ਟਿੱਲਾ ਜੋਗੀਆਂ ਦੇ ਨਾਲ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਆਪਣੇ ਹੱਥੀਂ ਕਰਕੇ ਖਾਓ ਔਰ ਅੱਲਾਹ ਤਾਲਾ ਦੀ ਇਬਾਦਤ ਕਰੋ, ਜੰਗਲਾਂ ਪਹਾੜਾਂ 'ਚ ਕੁਝ ਨਹੀਂ ਹੈ। ਜੀ ਬਿਲਕੁਲ, ਉਹਨਾਂ ਦਾ ਮਤਲਬ ਸੀ ਕਿ ਤੁਸੀਂ ਆਪਣੀ ਘਰ ਗ੍ਰਸਤੀ ਦੇ ਵਿੱਚ ਰਹਿ ਕੇ ਵੀ ਹਾਂਜੀ ਪਰਮਾਤਮਾ ਨੂੰ ਪਾ ਸਕਦੇ ਆ, ਆਪਣੇ ਨਾਲ ਕੰਮ ਕਰਦੇ ਜਾਓ। ਵੈਰੀ ਗੁੱਡ, ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਇਹ ਰਾਹਬਾਨੀਅਤ ਦੇ ਮੁਤਲਕ ਹੈ। ਪਹਿਲੇ ਇਹਨੂੰ ਰਾਹਬਾਨੀਅਤ ਰਾਹਬਾਨੀਅਤ ਹੈ ਕਿ ਦੀਨ ਦੀ ਖਾਤਰ ਦੁਨੀਆਂ ਨੂੰ ਛੱਡ ਕੇ ਪਹਾੜਾਂ 'ਚ ਜੰਗਲਾਂ 'ਚ ਚਲੇ ਜਾਣਾ ਔਰ ਸਿਰਫ ਇਬਾਦਤ ਕਰਨੀ, ਉਹਦੇ ਤੋਂ ਮਨਾ ਫਰਮਾਇਆ ਗਿਆ। ਸੇਮ ਸਿੱਖਿਜ਼ਮ ਹੈ ਕਿ ਇਹਨੂੰ ਕਿਹਾ ਗਿਆ ਉਦਾਸੀ। ਵੀਰ ਜੀ ਇਹ ਹੈਗੇ ਭਾਈ ਘਨੱਈਆ ਜੀ, ਇਹ ਆਪਣੇ ਗੁਜਰਾਂਵਾਲੇ ਦੇ ਸੀਗੇ ਇਹ। ਅੱਛਾ ਜੀ, ਹੀ ਵਾਸ ਬੋਰਨ ਇਨ ਵਿਲੇਜ ਆਫ ਸੋਧਰਾ ਇਨ ਦ ਡਿਸਟ੍ਰਿਕਟ ਆਫ ਗੁਜਰਾਂਵਾਲਾ। ਸੋਧਰਾ, ਹਾਂ ਠੀਕ ਹੈ। ਇਹਨਾਂ ਦੀ ਬਹੁਤ ਖਾਸੀਅਤ ਇਹ ਹੈ ਕਿ ਇਹ ਸਿੱਖ ਫੌਜ ਦੇ ਵਿੱਚ ਹੁੰਦੇ ਸੀ, ਪਰ ਜਦੋਂ ਕੋਈ ਮੁਗਲ ਫੌਜੀ ਜ਼ਖਮੀ ਹੁੰਦਾ ਸੀ ਇਹ ਉਹਨੂੰ ਵੀ ਜਾ ਨਾਲ ਜਾ ਕੇ ਉਨਾ ਹੀ ਪਾਣੀ ਵਗੈਰਾ ਉਹਦੀ ਸੇਵਾ ਕਰਦੇ ਸੀ। ਅਤੇ ਇਹਨਾਂ ਨੂੰ ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਇਹ ਕਿਉਂ, ਉਹ ਕਹਿੰਦੇ ਵੀ ਮੇਰੇ ਲਈ ਸਭ ਬਰਾਬਰ ਹੈ, ਤੁਸੀਂ ਇਹ ਸਿੱਖਿਆ ਦਿੰਦੇ ਹੋ ਕਿ ਲੜਾਈ ਤੋਂ ਬਾਅਦ ਭਾਵੇਂ ਉਹ ਦੁਸ਼ਮਣ ਦੀ ਫੌਜ ਹੈ, ਜਦੋਂ ਜ਼ਖਮੀ ਹੋ ਗਿਆ ਤਾਂ ਮੈਂ ਉਹਨੂੰ ਉਸੇ ਸਪਿਰਿਟ ਨਾਲ ਹੈਲਪ ਕਰੂੰਗਾ ਜਿੱਦਾਂ ਦੀ ਮੈਂ ਸਿੱਖ ਵਾਰੀਅਰ ਦਾ ਰਿਸਪੈਕਟ ਕਰਦਾ। ਸੋ ਅਸੀਂ ਭਾਈ ਘਨੱਈਆ ਜੀ ਨੂੰ ਆਪਣਾ ਸਿੱਖ ਧਰਮ ਦੇ ਵਿੱਚ ਰੈੱਡ ਆਪਣੀ ਰੈੱਡ ਕਰੋਸ ਵਗੈਰਾ ਦਾ ਮਤਲਬ ਜਿਹੜੀ ਇੱਦਾਂ ਮੈਡੀਕਲ ਇੰਸਟੀਟਿਊਸ਼ਨ ਹੈਗੀਆਂ, ਅਸੀਂ ਇਹ ਸਮਝਦੇ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਧਰਮ ਤੋਂ ਉੱਪਰ ਉੱਠ ਕੇ, ਔਰ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਵੀ ਸੋਧਰਾ ਗੁਜਰਾਂਵਾਲਾ ਬਾਰੇ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਜਾਣਦੇ ਹੋ, ਇਸ ਇਲਾਕੇ ਬਾਰੇ ਕੁਝ ਦੱਸੋਗੇ ਆਪਣਾ ਜਿੱਥੋਂ? ਜੀ, ਸੋਧਰਾ ਔਰ ਗੁਜਰਾਂਵਾਲਾ ਜਿਹੜਾ ਹੈ ਇਹ ਸੋਧਰੇ ਦੇ ਮੁਤਲਕ ਕਿਹਾ ਗਿਆ ਕਿ ਇੱਥੇ ਦੀਆਂ ਬੰਦੂਕਾਂ ਬਹੁਤ ਜ਼ਿਆਦਾ ਮਸ਼ਹੂਰ ਹੁੰਦੀਆਂ ਸਨ। ਜੀ ਬਿਲਕੁਲ ਜੀ, ਇਹ ਮਤਲਬ ਕਿ ਰਿਲੀਫ ਦਿੰਦੇ ਸਨ ਜਿਹੜੇ ਲੋਕ ਜ਼ਖਮੀ ਹੋ ਜਾਂਦੇ ਸੀ, ਔਰ ਦੱਸਿਆ ਕਿ ਇਹ ਨਹੀਂ ਹੈ ਜਿਹੜੀ ਐਂਟੀ ਪਾਰਟੀ ਹੈ ਉਹਦੇ ਮੁਤਲਕ ਵੀ ਉਹਨਾਂ ਲੋਕਾਂ ਨੂੰ ਵੀ ਇਹ ਦਿੰਦੇ ਸਨ, ਰਿਲੀਫ ਦਿੰਦੇ ਸਨ, ਉਹਨਾਂ ਨੂੰ ਵੀ ਪਾਣੀ ਪਿਲਾਉਂਦੇ ਸਨ। ਮੈਂ ਕਹਾਂਗਾ ਕਿ ਇਨਸਾਨੀਅਤ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਔਰ ਅੱਛੀ ਚੀਜ਼ ਹੈ। ਅੱਛੀ ਚੀਜ਼ ਕੋਈ ਵੀ ਕਰਦਾ ਉਹਨੂੰ ਜਿਹੜਾ ਉਹ ਹਾਈਲਾਈਟ ਕਰਨਾ ਚਾਹੀਦਾ, ਦੈਟਸ ਵੈਰੀ ਗੁੱਡ। ਸੋਧਰਾ ਦੇ ਮੁਤਲਕ ਕਹਿ ਹੈ ਕਿ ਉੱਥੋਂ ਉਹ ਸਰਦਾਰ ਚਰਣ ਸਿੰਘ ਜਿਹੜੇ ਦਾਦਾ ਜੀ ਸਨ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੀ ਬੰਦੂਕ ਉੱਥੋਂ ਬਣ ਕੇ ਆਈ ਸੀ ਨਵੀਂ ਨਵੀਂ, ਔਰ ਉਹ ਜਾ ਕੇ ਜ਼ਫਰਪਾਲ ਦੇ ਲਾਗੇ ਦਿਓਲੀ ਦੇ ਕੋਲ ਜਦੋਂ ਉਹਨੂੰ ਉਹਦੇ 'ਚ ਬਰੂਦ ਭਰਿਆ ਅਤੇ ਉਹ ਬੰਦੂਕ ਜਿੰਨੀ ਦੱਸੀ ਗਈ ਸੀ ਉਨੀ ਮਜ਼ਬੂਤ ਨਹੀਂ ਸੀ, ਉਹ ਉੱਥੇ ਜਾ ਕੇ ਜਦੋਂ ਬੰਦੂਕ ਭਰਿਆ ਹੀ ਹਲੇ ਬਰੂਦ 'ਤੇ ਉਹ ਫਟ ਗਈ ਸੀ, ਠੀਕ ਹੈ ਜੀ, ਉੱਥੇ ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਸੀ ਜ਼ਖਮਾਂ ਦੇ ਨਾਲ, ਠੀਕ ਹੈ ਜੀ। ਇਸ ਵਾਸਤੇ ਸੋਧਰੇ ਦੀ ਅਹਿਮੀਅਤ ਬਹੁਤ ਹੈ ਕਿ ਉਸ ਵੇਲੇ ਪਿਸਤੌਲਾਂ ਬੜੀਆਂ ਸੋਹਣੀਆਂ ਬਣਦੀਆਂ ਸੀ। ਅੱਜ ਮੈਨੂੰ ਆਲਮੋਸਟ ਮੈਂ ਸ਼ੋਰ ਹਾਂ ਕਿ ਜਿੰਨੇ ਆਪਣੇ ਦੇਖਣ ਵਾਲੇ ਤੁਹਾਡੇ ਦੋਸਤ ਹੈ ਫੇਸਬੁੱਕ 'ਤੇ ਆਪਾਂ ਨੂੰ ਦੇਖ ਰਹੇ ਹੋਣ,
ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਭਾਈ ਕਨਈਆ ਜੀ ਵੀ ਉਸ ਸੋਧਰੇ ਗੁਜਰਾਂਵਾਲਾ ਦੇ ਇਲਾਕੇ ਦੇ ਰਹਿਣ ਵਾਲੇ ਸਨ ਜਿੱਥੋਂ ਅੱਜ ਬਾਬਾ ਜੀ ਸਾਡੇ ਕੋਲ ਆਏ ਹੋਏ ਨੇ। ਇਸ ਕਰਕੇ ਆਪਾਂ ਕਨੈਕਟਡ ਆ ਸਾਰੇ, ਇਸ ਕਰਕੇ ਨਹੀਂ ਰਾਜਵੰਤ ਸਾਡੇ ਕੋਲ ਬਾਜੀ ਰਾਜਵੰਤ ਕੌਰ ਹੈ, ਇਹਨਾਂ ਦੇ ਨਾਨਕੇ ਜਿਹੜੇ ਨੇ ਗੁਰੂ ਨਾਨਕਪੁਰਾ ਬਾਜ਼ਾਰ ਦੇ ਵਿੱਚ ਨੇ, ਉਹਨਾਂ ਦਾ ਮੈਸੇਜ ਵੀ ਇਹ ਵਿੱਚ ਇਸ ਵੇਲੇ ਉਹ ਲਾਈਵ ਦੇਖ ਰਹੇ ਨੇ ਸਾਨੂੰ ਕਿ ਉਹਨਾਂ ਦੇ ਜਿਹੜੇ ਸਮਝ ਲਓ ਕਿ ਪੇਕਾ ਪਿੰਡ ਜਿਹੜਾ ਉਹ ਗੁਜਰਾਂਵਾਲਾ, ਔਰ ਉਹਨੂੰ ਹਰ ਦਮ ਯਾਦ ਕਰਦੇ ਨੇ ਕਿ ਗੁਰੂ ਨਾਨਕਪੁਰਾ। ਮੈਂ ਕਹਾਂਗਾ ਇਹ ਵੀਡੀਓ ਮੈਂ ਉਹਨਾਂ ਦੇ ਨਾਮ ਕਰਨਾ ਜੀ। ਬਾਬਾ ਜੀ ਇਸ ਵੇਲੇ ਮੈਂ ਇਹ ਦੱਸਾਂ, ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇਹ ਗੱਲ ਸੁਣੀ ਭਾਈ ਘਨੱਈਆ ਤੋਂ, ਉਹਨਾਂ ਨੇ ਉਹਨੂੰ ਹੋਰ ਐਕਸਟਰਾ ਮਲਮ ਪੱਟੀ ਹੱਥ 'ਚ ਫੜਾਈ ਕਿ ਲੈ ਵੀ ਭਾਈ ਘਨੱਈਆ ਹੁਣ ਤੂੰ ਇੱਕ ਫੌਜੀ ਦੀ ਸੇਵਾ ਨਹੀਂ ਤੂੰ ਕਰ ਰਿਹਾ, ਤੇਰੇ ਕੋਲ ਹੁਣ ਦੋ ਪਾਰਟੀਆਂ ਹੈਗੀਆਂ। ਸੋ ਉਹਨਾਂ ਨੇ ਐਕਚੁਲੀ ਉਹਨੂੰ ਹੋਰ ਜ਼ਿਆਦਾ ਦਿੱਤਾ ਵੀ ਠੀਕ ਹੈ ਤੂੰ ਜਿਹੜੇ ਬੰਦੇ ਦੀ ਸੱਟ ਲੱਗਦੀ ਹੈ ਭਾਵੇਂ ਉਹ ਸਾਡਾ ਆਪਣਾ ਹੈ ਜਾਂ ਭਾਵੇਂ ਉਹ ਦੁਸ਼ਮਣ ਪਾਰਟੀ ਦਾ ਹੈ, ਜਦੋਂ ਵਾਰੀਅਰ ਜਿਹੜੇ ਵੀ ਜ਼ਖਮੀ ਹੁੰਦੇ ਨੇ ਤੂੰ ਉਹਨਾਂ ਦੀ ਬਿਨਾਂ ਕਿਸੇ ਰੰਗ ਭੇਦ ਤੋਂ ਸੇਵਾ ਕਰਨੀ। ਮੇਰਾ ਖਿਆਲ ਹੈ ਵੀ ਦੁਨੀਆ ਭਰ 'ਚ ਅੱਜ ਇੰਨੀਆਂ ਦੁਸ਼ਮਣ ਦੀਆਂ ਜੰਗਾਂ ਹੁੰਦੀਆਂ, ਵਰਲਡ ਸਾਰਾ ਔਨ ਦਾ ਵਰਜ ਆਫ ਵਾਰ ਹੈਗਾ ਆ, ਪਰ ਕਿਤੇ ਇਹ ਮਿਸਾਲ ਨਹੀਂ ਮਿਲੂਗੀ ਕਿ ਤੁਸੀਂ ਜਿਹੜੀ ਆਪਣੀ ਮੈਡੀਕਲ ਏਡ ਹੈ ਉਹ ਉਸੇ ਲੜਾਈ ਦੇ ਵਿੱਚ ਉਹਨਾਂ ਲੋਕਾਂ ਨੂੰ ਸ਼ਾਮ ਨੂੰ ਦਿਓ ਜਿਹਨਾਂ ਨਾਲ ਥੋੜ੍ਹੀ ਦੇਰ ਪਹਿਲਾਂ ਤੁਹਾਡੇ ਆਪਣੇ ਜੁਝਾਰੂ ਜਿਹੜੇ ਸ਼ਹੀਦ ਹੋਏ ਆ। ਸੋ ਇੱਥੋਂ ਹੀ ਕਿਹਾ ਜਾਂਦਾ ਹੈ ਕਿ ਰੈੱਡ ਕਰੋਸ ਜਿਹੜੀ ਹੁਣ ਵਰਲਡ ਵਾਈਡ ਬਿਨਾਂ ਕਿਸੇ ਧਰਮ ਤੋਂ ਸਾਰਿਆਂ ਦੀ ਸੇਵਾ ਕਰਦੀ ਹੈ। ਅਸੀਂ ਸਮਝਦੇ ਹਾਂ ਕਿ ਇਹ ਰੈੱਡ ਕਰੋਸ ਦਾ ਪ੍ਰਿੰਸੀਪਲ ਹੈਗਾ, ਰੈੱਡ ਕਰੋਸ ਦਾ ਜਿਹੜੀ ਸੁਸਾਇਟੀ ਦਾ ਪ੍ਰਿੰਸੀਪਲ ਹੈਗਾ ਇਹ ਭਾਈ ਘਨੱਈਆ ਜੀ ਤੋਂ ਸ਼ੁਰੂਆਤ ਕੀਤੀ ਜਾਂਦੀ ਹੈ। ਸਾਡੇ ਮੁਤਾਬਕ ਅਸੀਂ ਇਹਨਾਂ ਨੂੰ ਉਸ ਚੀਜ਼ ਦਾ ਗੁਰੂ ਮੰਨਦੇ ਹਾਂ ਕਿ ਇਹਨਾਂ ਨੇ ਆਪਣੇ ਵੱਲੋਂ ਹਰੇਕ ਦੀ ਬਰਾਬਰ ਸੇਵਾ ਕੀਤੀ, ਭਾਵੇਂ ਉਹ ਮੁਸਲਿਮ ਸੀ ਭਾਵੇਂ ਸਿੱਖ ਸੀ। ਜਦੋਂ ਵੀ ਉਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਸੀ, ਜਦੋਂ ਵੀ ਕੋਈ ਜ਼ਖਮੀ ਹੁੰਦਾ ਸੀ ਇਹ ਆਪਣੇ ਵੱਲੋਂ ਬਰਾਬਰ ਮਲਮ ਪੱਟੀ ਕਰਦੇ ਸੀ। ਇਹਨੂੰ ਕਹਿੰਦੇ ਨੇ ਜੀ ਇਨਸਾਨੀਅਤ, ਇਹਨੂੰ ਕਹਿੰਦੇ ਨੇ ਹਿਊਮੈਨਿਟੀ, ਜਿਹਦੀ ਹੁਣ ਇਸ ਵੇਲੇ ਸਭ ਤੋਂ ਜ਼ਿਆਦਾ ਲੋੜ ਹੈ। ਮੈਂ ਕਹਾਂਗਾ ਕਿ ਇਨਸਾਨੀਅਤ ਜਿਹੜੀ ਹੈ ਉਹ ਹਰ ਪਾਸੇ ਜ਼ਿੰਦਾਬਾਦ ਹੈ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸੈਨ ਹੋਜ਼ੇ ਲੰਗਰਖਾਨਾ ਇਸ ਵੇਲੇ, ਔਰ ਆਰਡਰਸ ਨੇ ਔਰ ਕੁਛ ਮੈਸੇਜਿਸ ਨੇ ਉਹ ਦਿਖਾ ਰਹੇ ਹਾਂ ਅਸੀਂ। ਵੰਡ ਚੱਖੋ, ਇਹ ਹੈ ਉਹ ਜੀ ਉਹ ਵੰਡ ਚੱਖਣ ਦਾ। ਅਗਰ ਤੁਸੀਂ ਦੇਖਿਆ ਜਾਏ ਤਾਂ ਪਾਕਿਸਤਾਨ ਇਸ ਲਿਹਾਜ਼ ਨਾਲ ਬੜੀ ਖੁਸ਼ਕਿਸਮਤ ਧਰਤੀ ਹੈ। ਇਸ ਜਗ੍ਹਾ ਦੇ ਉੱਤੇ ਹੀ ਵੰਡ ਚੱਖਣ ਲਈ ਬਾਬਾ ਗੁਰੂ ਨਾਨਕ ਸਾਹਿਬ ਨੇ ਨਾਰੋਵਾਲ ਤੋਂ ਤਕਰੀਬਨ ਕੋਲ ਅਗਰ ਤੁਸੀਂ ਚਲੇ ਜਾਓ ਤਾਂ ਉਸ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਕਰਤਾਰਪੁਰ ਹੈ ਜਿੱਥੇ ਜਾ ਕੇ ਉਹਨਾਂ ਨੇ ਇਹ ਆਰਡਰ ਦਿੱਤੇ ਸਨ। ਇਹ ਉਹੀ ਕੌਨਸੈਪਟ ਹੈ, ਇਹ ਉਹੀ ਜਗ੍ਹਾ ਹੈ ਦਰਬਾਰ ਸਾਹਿਬ ਕਰਤਾਰਪੁਰ ਇਨ ਪਾਕਿਸਤਾਨ ਕਿ ਜਿੱਥੇ ਕਿਹਾ ਗਿਆ ਸੀ ਕਿ ਵੰਡ ਚੱਖੋ, ਜਿੰਨਾ ਕੁਛ ਤੁਹਾਡੇ ਕੋਲ ਹੈਗਾ ਉਹਨੂੰ ਵੰਡ ਕੇ ਖਾਓ। ਇਹ ਪਿਕਚਰ ਜਿਹੜੀ ਹੈ ਇਸ ਚੀਜ਼ ਨੂੰ ਐਕਸਪਲੇਨ ਕਰਦੀ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸੈਨ ਹੋਜ਼ੇ ਗੁਰਦੁਆਰਾ। ਇਹ ਵੀਰ ਜੀ ਹੈਗਾ ਆਪਣਾ ਬਹੁਤ ਬਹੁਤ ਸਾਡੇ ਇਹ ਫੇਮਸ ਜਿਹੜਾ ਆਪਾਂ ਕਹਿ ਲਓ ਵਰਸਿਸ ਹੈ ਗੁਰੂ ਸਾਹਿਬ ਦੇ, ਸਮਝੇ ਸੂਝੇ ਪੜਪੜ ਬੂਝੇ ਅੰਤ ਨਿਰੰਤਰ ਸਾਚਾ। ਉਹ 'ਚ ਬਾਬਾ ਜੀ ਇਹ ਕਹਿਣਾ ਚਾਹੁੰਦੇ, ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਹੈਗੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈਗੀ ਹੈ, ਜਿਹ 'ਚੋਂ ਕਹਿਣਾ ਚਾਹੁੰਦੇ ਕਿ ਜਿੰਨਾ ਆਪਾਂ ਪੜ੍ਹਦੇ ਹਾਂ ਬਾਣੀ ਆਪਾਂ ਪੜ੍ਹਦੇ ਹਾਂ, ਜੇ ਆਪਾਂ ਉਹਨੂੰ ਕੰਪਰੀਹੈਂਡ ਕਰੀਏ, ਆਪਾਂ ਉਹਨੂੰ ਰਿਅਲਾਈਜ਼ ਕਰੀਏ, ਆਪਾਂ ਉਹਨੂੰ ਮੰਨੀਏ, ਤਾਂ ਹੀ ਆਪਾਂ ਜਿਹੜਾ ਸਾਰਾ ਇਹ ਗੁਰੂ ਸਾਹਿਬ ਦੀ ਜੋ ਵੀ ਰਚਨਾ ਹੈਗੀ ਆ ਉਹਦੇ ਡੀਪ ਜਾ ਸਕਦੇ ਹਾਂ। ਮਤਲਬ ਜਿਹੜੀ ਵੀ ਆਪਾਂ ਚੀਜ਼ ਪੜ੍ਹਦੇ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਤੁਸੀਂ ਕੁਰਾਨ ਪੜ੍ਹਦੇ ਹੋ, ਜਿਹੜੀ ਚੀਜ਼ ਆਪਾਂ ਪੜ੍ਹਦੇ ਹਾਂ ਉਹ ਤੋਂ ਅਗਲਾ ਸਟੈਪ ਹੈਗਾ ਕਿ ਉਹਨੂੰ ਸਮਝੋ, ਉਹਨੂੰ ਰਿਅਲਾਈਜ਼ ਕਰੋ, ਫਿਰ ਹੀ ਤੁਸੀਂ ਉਹਦੇ ਅਗਲੇ ਲੈਵਲ 'ਤੇ ਜਾਓਗੇ। ਜੇ ਆਪਾਂ ਇੱਦਾਂ ਹੀ ਕਿਤਾਬਾਂ ਪੜ੍ਹ ਪੜ੍ਹ ਕੇ ਆਪਾਂ ਅੱਗੇ ਵੱਧ ਗਏ, ਸਾਨੂੰ ਇੱਕ ਲੈਵਲ ਨੈਕਸਟ ਜਾਣਾ ਪਊਗਾ। ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰ ਸਾਚਾ, ਮਤਲਬ ਉਹਦੇ ਵਿੱਚ ਥੋੜ੍ਹਾ ਜਿਹਾ ਹੋਰ ਡੀਪ ਜਾਣਾ ਚਾਹੂਗਾ। ਜੋ ਵੀ ਆਪਾਂ ਰੀਡ ਕਰ ਲਿਆ ਜੀ ਜੀ, ਉਹਨੂੰ ਕੰਪਰੀਹੈਂਡ ਕਰਨਾ ਬਹੁਤ ਹੀ ਜ਼ਰੂਰੀ ਹੈ ਕਿ ਉੱਥੇ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ। ਜਿਹੜਾ ਲਿਖਣ ਵਾਲਾ ਬੰਦਾ ਆ ਉਹਨੂੰ ਪਰਮਾਤਮਾ ਤੋਂ ਕੀ ਕਮਾਂਡ ਆਈ ਹੈ, ਉਹ ਲਿਖਣਾ ਕੀ ਚਾਹੁੰਦਾ, ਉਹਨੂੰ ਆਪਾਂ ਜੇ ਮੰਨਾਂਗੇ ਤਾਂ ਹੀ ਆਪਾਂ ਉਹ ਜਿਹੜੇ ਪਖੰਡਾ ਪਹਿਲਾਂ ਗੱਲ ਕਰਕੇ ਹਟੇ ਹਾਂ, ਪਖੰਡਾਂ ਤੋਂ ਆਪਾਂ ਤਾਂ ਹੀ ਤਦ ਨਿਕਲਾਂਗੇ ਜੇ ਆਪਾਂ ਬਾਣੀ ਦਾ ਮਤਲਬ ਸਮਝ ਕੇ, ਅਰਥ ਸਮਝ ਕੇ ਆਪਾਂ ਉਹਨੂੰ ਪ੍ਰੈਕਟੀਕਲੀ ਅਪਲਾਈ ਕਰਾਂਗੇ। ਦੱਸਿਆ ਜਾ ਰਿਹਾ ਕਿ ਵੀ ਕੋਈ ਵੀ ਅਗਰ ਮਜ਼ਹਬ ਹੈ, ਕੋਈ ਵੀ ਜਿਹੜਾ ਬੰਦਾ ਵੀ ਹੈ ਆਪਣੇ ਮਜ਼ਹਬ ਦਾ ਅਗਰ ਪੜ੍ਹਦਾ ਹੈ ਤਾਂ ਉਹਦੇ ਉੱਤੇ ਸਭ ਤੋਂ ਪਹਿਲੇ ਜਿਹੜਾ ਅਮਲ ਹੈ ਜੀ, ਅਮਲ ਕਰਨਾ ਜ਼ਰੂਰੀ ਹੈ। ਇਹ ਅਮਲ ਦੀ ਗੱਲ ਹੋ ਰਹੀ ਹੈ ਕਿ ਪੜ੍ਹੋ, ਪੜ੍ਹਨ ਤੋਂ ਬਾਅਦ ਉਹਦੇ 'ਤੇ ਅਮਲ ਵੀ ਕਰੋ, ਖਾਲੀ ਪੜ੍ਹੀ ਨਾ ਜਾਓ। ਇੱਥੇ ਹੈਗਾ ਜੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇੰਨੀ ਵੱਡੀ ਗੱਲ ਹੈ। ਅੱਜ ਸਾਰੀ ਦੁਨੀਆ ਆਪਾਂ ਮਤਲਬ ਅੱਲਾ ਅੱਲਾ ਤੁਹਾਨੂੰ ਸਭ ਨੂੰ ਪਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਫੇਮਸ ਕੋਟ ਜਿਹੜੀ ਕਈ ਧਰਮਾਂ 'ਚ ਦਿੱਤੀ ਜਾਂਦੀ ਹੈ, ਜਿਹਦੇ 'ਚ ਹੋਇਆ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਮਤਲਬ ਹੈ ਕਿ ਉਹ ਕੁਦਰਤ ਵੱਲੋਂ ਹੀ ਇੱਕ ਜੋਤ ਹੈ ਜਿਹਦੇ ਵਿੱਚ ਆਪਾਂ ਸਾਰੇ ਕ੍ਰੀਏਟ ਹੋਏ ਹਾਂ, ਭਾਵੇਂ ਆਪਾਂ ਹਿੰਦੂ ਹਾਂ, ਮੁਸਲਮਾਨ ਹੈ, ਸਿੱਖ ਹਾਂ, ਜੋ ਹੈਗੇ, ਮਤਲਬ ਇੱਕ ਚੀਜ਼ ਹੈ ਉੱਪਰ ਜਿਹਦੇ ਆਪਾਂ ਸਾਰੇ ਬੱਚੇ ਹੈਗੇ ਹਾਂ। ਹੁਣ ਆਪਾਂ ਹੀ ਮਤਲਬ ਲੋਕ ਅੱਗੇ ਦੀ ਅੱਗੇ ਨੂੰ ਡਿਵਾਈਡ ਕਰੀ ਜਾਂਦੇ, ਉਹ 'ਚ ਪਰਮਾਤਮਾ ਦਾ ਕੋਈ ਕਸੂਰ ਨਹੀਂ ਹੈਗਾ। ਖਾਲਕ ਖਲਕ ਖਲਕ ਮਹਿ ਖਾਲਕ ਪੂਰੇ ਰਹਿਓ ਸਰਬ ਠਾਏ, ਮਤਲਬ ਕਿ ਉਹਨੇ ਜਿੱਥੇ ਜਿੱਥੇ ਵੀ ਕਰਕੇ ਉਹ ਵਿੱਚ ਵਿੱਚ ਰਚਿਆ ਹੋਇਆ ਉਹਦੀ ਹੀ ਰਚਨਾ ਹੈਗੀ ਹੈ। ਪਰ ਬੇਸਿਕ ਇਹ ਹੈ ਕਿ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਅਤੇ ਮਤਲਬ ਇੱਕੋ ਨੂਰ ਤੋਂ ਆਪਾਂ ਸਾਰੇ ਨਿਕਲੇ ਹਾਂ,
ਹੁਣ ਆਪਾਂ ਕਹਿੰਦੇ ਹਾਂ ਲੈ ਵੀ ਫਲਾਨੀ ਕੌਮ ਬਹੁਤ ਮਾੜੀ ਹੈ, ਫਲਾਨੀ ਕੌਮ ਬਹੁਤ ਚੰਗੀ ਹੈ, ਇੱਦਾਂ ਦਾ ਕੋਈ ਚੱਕਰ ਨਹੀਂ, ਆਪਾਂ ਸਾਰੇ ਬਰਾਬਰ ਹਾਂ, ਹਰੇਕ ਕੌਮ 'ਚ ਵਧੀਆ ਲੋਕ ਵੀ ਹੁੰਦੇ ਆ, ਵਧੀਆ ਖਰਾਬ ਵੀ ਹੁੰਦੇ ਆ, ਪਰ ਆਪਾਂ ਕਿਸੇ ਨੂੰ ਇਸ ਚੀਜ਼ 'ਤੇ ਬਰੋਡਲੀ ਡਿਵਾਈਡ ਨਹੀਂ ਕਰ ਸਕਦੇ ਕਿ ਮਤਲਬ ਕੋਈ ਭਲਾ ਆਇਆ ਤਾਂ ਕੋਈ ਮੰਦਾ ਆਇਆ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਦੈਟਸ ਗ੍ਰੇਟ ਜੀ। ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਯਾਨੀ ਕਿ ਤਮਾਮ ਹਿਊਮਨ ਬੀਂਗ ਔਰ ਜਿਨੋ ਇਨਸ ਕੋਈ ਵੀ ਹੈ ਉਹ ਤਮਾਮ ਰੱਬ ਦਾ ਪੈਦਾ ਕੀਤਾ ਹੈ, ਕਿ ਕੋਈ ਬੰਦਾ ਕਿਸੇ ਬੰਦੇ ਦਾ ਇਸ ਗੱਲ ਤੋਂ ਇਨਕਾਰ ਨਹੀਂ ਹੈ ਕਿ ਵੀ ਅੱਲਾਹ ਨੇ ਹੀ ਸਭ ਨੂੰ ਪੈਦਾ ਕੀਤਾ ਹੈ। ਬਹੁਤ ਗ੍ਰੇਟ ਮੈਸੇਜ ਹੈ ਜੀ। ਕੌਣ ਭਲਾ ਔਰ ਕੌਣ ਮੰਦਾ, ਇਹ ਕੌਣ ਚੰਗਾ ਔਰ ਕੌਣ ਬੁਰਾ, ਇਹਦਾ ਫੈਸਲਾ ਜਿਹੜਾ ਉਹ ਰੱਬ ਨੇ ਕਰਨਾ, ਨਾ ਕਿ ਇਨਸਾਨ ਨੇ ਕਰਨਾ। ਅੱਜ ਦੁਨੀਆ ਖੁਦ ਆਪਣੇ ਆਪ 'ਚ ਫੈਸਲੇ ਕਰਦੀ ਹੈ ਜੀ, ਮੈਂ ਚੰਗਾ ਵਾਂ ਅਤੇ ਫਲਾਣਾ ਮੰਦਾ ਹੈ। ਮੈਂ ਤੁਹਾਨੂੰ ਜੀ ਆਪਣੇ ਬਹੁਤ ਪਿਆਰੇ ਅੰਕਲ ਜੀ, ਔਰ ਜਿੰਨੀ ਵਾਰੀ ਵੀ ਅੱਜ ਤੱਕ ਮੈਂ ਗੁਰਦੁਆਰਾ ਸਾਹਿਬ ਆਵਾਂ, ਕਦੀ ਮੈਂ 6 ਮਹੀਨੇ ਬਾਅਦ ਆਉਂਦਾ, ਕਦੀ ਮੈਂ ਹਫ਼ਤੇ ਬਾਅਦ, ਕਦੀ ਸਾਲ ਬਾਅਦ, ਇਹਨਾਂ ਨੂੰ ਮੈਂ ਹਮੇਸ਼ਾ ਗੁਰਦੁਆਰਾ ਸਾਹਿਬ ਦੇਖਦਾ, ਔਰ ਮੈਂ ਜ਼ਰੂਰ ਲਾਈਵ ਆਪਣੇ ਤੁਹਾਡੇ ਆਡੀਅੰਸ ਦੇ ਸਾਹਮਣੇ ਪੁੱਛਣਾ ਚਾਹੂੰਗਾ ਕਿ ਇਹੋ ਜਿਹੀ ਕਿਹੜੀ ਸ਼ਕਤੀ ਹੈਗੀ ਆ ਜਿਹੜੀ ਇਹਨਾਂ ਨੂੰ ਧਰਮ ਦੇ ਨਾਲ ਗੁਰੂ ਸਾਹਿਬ ਔਰ ਹੁੰਦੇ ਹਮੇਸ਼ਾ ਸੇਵਾ ਲਈ ਨੇ, ਇੱਥੇ ਹਮੇਸ਼ਾ ਸੇਵਾ ਕਰਦੇ ਆ ਕਿਸੇ ਨਾ ਕਿਸੇ ਰੂਪ 'ਚ। ਮੈਂ 6 ਮਹੀਨੇ ਬਾਅਦ ਆਵਾਂ ਜਦੋਂ ਪਹਿਲਾਂ, ਇਹ ਮੈਨੂੰ ਸਾਡੇ ਗੁਆਂਢੀ ਨੇ, ਪਰ ਇੱਥੇ ਜ਼ਰੂਰ ਗੁਰਦੁਆਰਾ ਸਾਹਿਬ 'ਚ ਸੇਵਾ ਕਰਦੇ ਅੰਕਲ ਜੀ ਮਿਲਣਗੇ, ਤੁਸੀਂ ਵੀ ਆਏ ਹੋ ਤਾਂ ਮੈਂ ਜ਼ਰੂਰ ਇਹ ਪੁੱਛਣਾ ਚਾਹੂੰਗਾ ਕਿ ਜੀ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਕਿੱਦਾਂ ਇੰਨੇ ਕਨੈਕਟਡ ਆਪਣੇ ਆਪ ਨੂੰ ਫੀਲ ਕਰਦੇ ਹੋ, ਮਤਲਬ ਵਟ ਬ੍ਰਿੰਗਸ ਯੂ ਹੇਅਰ ਆਲ ਦਾ ਟਾਈਮ। ਨਹੀਂ ਉਹ ਤਾਂ ਇਹ ਗੱਲ ਹੈ ਜੀ ਕਿ ਜੇ ਤੁਹਾਨੂੰ ਮੌਕਾ ਮਿਲੇ ਕਿਸੇ ਦੀ ਸੇਵਾ ਕਰਨ ਦਾ, ਸਭ ਤੋਂ ਅੱਛੀ ਗੱਲ ਉਹ ਹੈ। ਔਰ ਜਿਹੜਾ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਸਾਰੇ ਉਸ ਰੱਬ ਦੇ ਬਣਾਏ ਹੋਏ ਬੰਦੇ ਨੇ, ਅਤੇ ਉਹਦੇ ਨਾਲ ਕੋਈ ਫਰਕ ਨਹੀਂ ਹੈ, ਕੋਈ ਹਿੰਦੂ ਹੈ ਜਾਂ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ, ਉਹ ਤਾਂ ਇਸ ਕਰਕੇ ਹੈ ਕਿ ਕਿਸ ਕੁੱਖ 'ਤੇ ਕਿਸ ਜਗ੍ਹਾ 'ਤੇ ਪੈਦਾ ਹੋਏ। ਬਾਕੀ ਬੰਦਿਆਂ ਦੇ ਵਿੱਚ ਕੋਈ ਫਰਕ ਨਹੀਂ, ਜੇ ਤੁਸੀਂ ਚੰਗੇ ਬੰਦੇ ਹੋ, ਹਿੰਦੂ ਵਿੱਚ ਬਹੁਤ ਚੰਗੇ ਨੇ, ਮੁਸਲਮਾਨ ਵੀ ਬੜੇ ਚੰਗੇ ਨੇ, ਔਰ ਸਿੱਖ ਵੀ ਬੜੇ ਚੰਗੇ ਨੇ, ਪਰ ਜੋ ਤੁਹਾਡੇ ਕਰਮ ਨੇ ਉਹ ਕਰਮਾਂ ਦੇ ਨਾਲ ਤੁਹਾਡਾ ਗੱਲ ਹੈ। ਅਤੇ ਸਾਨੂੰ ਬੜੀ ਖੁਸ਼ੀ ਹੋਈ ਸ਼ਮੀਰ ਜੀ ਨਾਲ ਮਿਲ ਕੇ, ਕਿਉਂਕਿ ਇੰਨੇ ਅੱਛੇ ਪਾਕਿਸਤਾਨ ਤੋਂ ਹੋ ਕੇ, ਨਹੀਂ ਤਾਂ ਅਦਰਵਾਈਜ਼ ਜੇ ਆਮ ਅਸੀਂ ਸੁਣਦੇ ਹਾਂ ਵੀ ਪਾਕਿਸਤਾਨੀ ਦੇ ਵਿੱਚ ਇਸ ਤਰ੍ਹਾਂ ਹੈ, ਇਹ ਸੁਣਦੇ ਹੋਣਗੇ ਹਿੰਦੁਸਤਾਨੀ 'ਚ ਇਸ ਤਰ੍ਹਾਂ ਹੈ, ਪਰ ਜਦੋਂ ਤੁਸੀਂ ਬੰਦੇ ਨਾਲ ਬੰਦੇ ਮਿਲਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਬੰਦੇ ਔਰ ਬੰਦੇ 'ਚ ਕੋਈ ਫਰਕ ਨਹੀਂ। ਗੱਲ ਉਹੀ ਆ ਜਾਂਦੀ ਹੈ ਕਿ ਕੌਣ ਭਲੇ ਇਨਸਾਨ ਆਪਸ ਦੇ ਵਿੱਚ ਵੰਡ ਪਾ ਦਿੱਤੀ ਹੈ ਕਿ ਤੂੰ ਚੰਗਾ ਤੇ ਮੈਂ ਮਾੜਾ, ਨਹੀਂ ਚੰਗਾ ਮਾੜਾ ਕੋਈ ਨਹੀਂ ਹੁੰਦਾ, ਅਗਰ ਖੁਦ ਚੰਗੇ ਹੋ ਤਾਂ ਸਾਰੀ ਦੁਨੀਆ ਚੰਗੀ। ਬਾਬਾ ਜੀ ਤੁਹਾਡਾ ਲੰਗਰ ਪਾਇਆ ਪਿਆ, ਆਪਣੀ ਰੋਟੀ ਠੰਡੀ ਹੋ ਰਹੀ ਹੈ, ਆਪਣੇ ਐਕਚੁਅਲੀ ਪੂੜੀਆਂ ਠੰਡੀਆਂ ਹੋ ਗਈਆਂ, ਤੁਸੀਂ ਹੁਣ ਪੂੜੀਆਂ ਛਕੋ ਤੇ ਤੁਹਾਡੇ ਆਡੀਅੰਸ ਨੂੰ ਆਪਾਂ ਬਾਏ ਬਾਏ ਕਹਿੰਦੇ ਹਾਂ। ਹਾਂਜੀ ਬਹੁਤ ਸ਼ੁਕਰੀਆ ਜੀ। ਮੈਂ ਜਿਹੜਾ ਮਤਲਬ ਕਿ ਕਹਾਂਗਾ ਕਿ ਮੈਨੂੰ ਇੱਕ ਚੀਜ਼ ਨਵੀਂ ਸਿੱਖਣ ਦਾ, ਮੈਨੂੰ ਸਿੱਖਣ ਦਾ ਬਹੁਤ ਸ਼ੌਕ ਹੈ ਬਚਪਨ ਤੋਂ, ਮੈਂ ਹਰ ਪਲ ਸਿੱਖਦਾ ਵਾਂ, ਹਰ ਪਲ ਮੈਂ ਐਜੂਕੇਸ਼ਨ ਦਾ ਕੋਈ ਨਾ ਕੋਈ ਸਟੈਪ ਲੈ ਕੇ ਨਵਾਂ ਜਾਣਾ ਵਾਂ, ਕਿਉਂਕਿ ਮੈਂ ਮੇਰੀ ਜਿਹੜੀ ਖੋਜ ਹੈ ਸਾਰੀ ਉਹ ਪੰਜਾਬ ਦੇ ਉੱਤੇ ਵੇ। ਇੱਕ ਗੱਲ ਨੂੰ ਜ਼ਿਹਨ 'ਚ ਰੱਖਿਆ ਜਾਏ, ਮੇਰੀ ਰਿਸਰਚ ਜਿਹੜੀ ਹੈ ਸਾਰੀ ਦੀ ਸਾਰੀ ਪੰਜਾਬ ਦੇ ਉੱਤੇ ਵੇ। ਅਗਰ ਪੰਜਾਬ ਦੇ ਵਿੱਚੋਂ ਤੁਸੀਂ ਕੋਈ ਵੀ ਮਜ਼ਹਬ ਵਿੱਚੋਂ ਕੱਢਦੇ ਹੋ ਤਾਂ ਤੁਹਾਡੀ ਰਿਸਰਚ ਮੁਕੰਮਲ ਨਹੀਂ ਹੁੰਦੀ। ਮੈਂ ਸਿਰਫ ਔਰ ਸਿਰਫ ਉਹਨਾਂ 48 ਸਾਲਾਂ ਦੇ ਉੱਤੇ, ਉਹਨਾਂ 50 ਸਾਲਾਂ ਦੇ ਉੱਤੇ ਕੰਮ ਕਰਨਾ ਵਾਂ ਕਿ ਜਿਹੜੇ ਸਫ਼ੇ ਜਿਹੜੇ ਨੇ, ਵਰਕੇ ਜਿਹੜੇ ਨੇ, ਦੋਵਾਂ ਮੁਲਕਾਂ ਨੇ ਪਾੜ ਦਿੱਤੇ ਨੇ ਡਾਇਰੈਕਟ, ਜਿਹੜਾ ਮੁਗਲ ਰਾਜ ਤੋਂ ਸ਼ੁਰੂ ਕਰਕੇ ਅਤੇ ਲੈ ਕੇ ਆ ਜਾਂਦੇ ਨੇ ਕਿੱਥੇ ਜੀ, ਸਿੱਧਾ ਬ੍ਰਿਟਿਸ਼ ਰਾਜ ਦੇ ਉੱਤੇ ਆ ਜਾਂਦਾ ਹੈ ਕਿ ਬ੍ਰਿਟਿਸ਼ ਰਾਜ ਹੈ। ਦਰਮਿਆਨ ਦੇ ਵਿੱਚ ਜਿਹੜੇ 48 ਸਾਲ ਸੀ, ਉਹਨਾਂ ਨੂੰ ਕੌਣ ਦੱਸੇਗਾ? ਉਹਨਾਂ ਨੂੰ ਦੱਸਣ ਲਈ ਮੈਂ ਪਹੁੰਚ ਗਈ ਹਾਂ।